ਮੀਡੀਆ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਗੁਰਦੀਸ਼ਪਾਲ ਕੌਰ ਬਾਜਵਾ ਵੱਲੋਂ ਅਤੇ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਮਹਿਮਾਨ ਸ਼ਿਵਚਰਨ ਜੱਗੀ ਕੁੱਸਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਡੀਆ ਪੰਜਾਬ ਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਸ਼ਿਵਚਰਨ ਜੱਗੀ ਕੁੱਸਾ ਨਾਲ ਪ੍ਰੋਗਰਾਮ ਦੋ ਗੱਲਾਂ ਕਰੀਏ ਦੇ ਵਿੱਚ ਤੁਹਾਡੇ ਰੂਬਰੂ ਹੋ ਰਹੇ ਹਾਂ। ਅੱਜ ਤੱਕ ਸ਼ਿਵਚਰਨ ਜੱਗੀ ਕੁੱਸਾ ਸਾਡੇ ਉੱਘੇ ਸਾਹਿਤਕਾਰ ਨਾਵਲਕਾਰ ਜਿਨ੍ਹਾਂ ਨੇ ਮਾਂ ਬੋਲੀ ਦੀ ਝੋਲੀ ਵਿੱਚ 2 ਦਰਜਨ ਤੋਂ ਵੱਧ ਨਾਵਲ ਪਾਏ, ਬਹੁਤ ਸਾਰੀਆਂ ਗੀਤ ਕਵਿਤਾਵਾਂ ਵਿਅੰਗ ਅਤੇ ਹੁਣ ਤਾਂ ਫਿਲਮਾਂ ਦੇ ਵਿੱਚ ਵੀ ਬਹੁਤ ਸਾਰੇ ਡਾਇਲੋਗ ਲਿਖ ਕੇ ਨਾਮਨਾ ਖੱਟ ਰਹੇ ਨੇ, ਪ੍ਰਸਿੱਧੀ ਖੱਟ ਰਹੇ ਨੇ। ਲੇਕਿਨ ਅੱਜ ਸ਼ਿਵਚਰਨ ਜੱਗੀ ਕੁੱਸਾ ਨਾਲ ਜਿਹੜੀਆਂ ਆਪਾਂ ਦੋ ਗੱਲਾਂ ਕਰਨੀਆਂ ਨੇ ਉਹ ਸਾਹਿਤ ਦੇ ਬਾਰੇ, ਰਚਨਾਵਾਂ ਦੇ ਬਾਰੇ ਨਹੀਂ, ਬਲਕਿ ਅੱਜ ਹੀ ਸਾਡੇ ਦਰਮਿਆਨ ਰੂਪਕੋ ਕੈਂਸਰ ਸੰਸਥਾ ਦੇ ਗਲੋਬਲ ਡਾਇਰੈਕਟਰ ਦੇ ਰੂਪ ਦੇ ਵਿੱਚ, ਪੂਰੇ ਵਿਸ਼ਵ ਦੇ ਗਲੋਬਲ ਡਾਇਰੈਕਟਰ ਦੇ ਰੂਪ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋ ਰਹੇ ਨੇ। ਰੂਪਕੋ ਕੈਂਸਰ ਸੰਸਥਾ ਜਿਹੜੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਔਰ ਵਿਸ਼ਵ ਭਰ ਦੇ ਵਿੱਚ ਇਸ ਨਾਮੁਰਾਦ ਬਿਮਾਰੀ ਦੇ ਵਿਰੁੱਧ ਲੜ ਰਹੀ ਹੈ ਔਰ ਲੋਕਾਂ ਨੂੰ ਸੁਚੇਤ ਕਰ ਰਹੀ ਹੈ, ਪੰਜਾਬੀਆਂ ਨੂੰ ਸੁਚੇਤ ਕਰ ਰਹੀ ਹੈ, ਪੂਰੇ ਹਿੰਦੁਸਤਾਨ ਨੂੰ ਸੁਚੇਤ ਕਰ ਰਹੀ ਹੈ। ਜੱਗੀ ਕੁੱਸਾ ਜੀ ਲੋਕਾਂ ਦਾ ਦਰਦ ਦੇਖ ਕੇ ਇਸ ਸੰਸਥਾ ਦੇ ਨਾਲ ਜੁੜੇ ਔਰ ਇਹਨਾਂ ਦਾ ਯਤਨ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਇਸ ਨਾਮੁਰਾਦ ਘਾਤਕ ਬਿਮਾਰੀ ਦੇ ਪ੍ਰਤੀ ਜਾਗਰਤ ਕੀਤਾ ਜਾ ਸਕੇ। ਸੋ ਸਭ ਤੋਂ ਪਹਿਲਾਂ ਸ਼ਿਵਚਰਨ ਜੱਗੀ ਕੁੱਸਾ ਜੀ, ਤੁਹਾਡਾ ਮੀਡੀਆ ਪੰਜਾਬ ਦੇ ਸਟੂਡੀਓ ਦੇ ਵਿੱਚ ਆਉਣ 'ਤੇ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਅਸੀਂ ਆਪਣੀ ਸਾਰੀ ਟੀਮ ਵੱਲੋਂ, ਆਪਣੇ ਅਦਾਰੇ ਵੱਲੋਂ ਤੁਹਾਨੂੰ ਵਧਾਈਆਂ ਦਿੰਦੇ ਹਾਂ ਕਿ ਤੁਸੀਂ ਇਸ ਸੰਸਥਾ ਦੇ ਐਜ਼ ਏ ਗਲੋਬਲ ਡਾਇਰੈਕਟਰ ਹੁਣ ਵਿਸ਼ਵ ਭਰ ਵਿੱਚ ਵਿਚਰੋਗੇ ਔਰ ਲੋਕਾਂ ਨੂੰ ਇਸ ਘਾਤਕ ਬਿਮਾਰੀ ਪ੍ਰਤੀ ਆਗਾਹ ਕਰੋਗੇ ਔਰ ਬਹੁਤ ਸਾਰੇ ਇਹੋ ਜਿਹੇ ਜਿਵੇਂ ਤੁਸੀਂ ਸਾਹਿਤਕਾਰੀ ਦੇ ਵਿੱਚ ਬੜੇ ਨਵੇਂ ਨਾਮ ਨੇ ਖੱਟੇ ਨੇ, ਇਸ ਕੰਮ ਦੇ ਵਿੱਚ ਵੀ ਤੁਸੀਂ ਤੁਰੇ ਹੋ ਅਤੇ ਸਾਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਨਵੀਆਂ ਪਿੜ੍ਹਾਂ, ਬਹੁਤ ਸਾਰੀਆਂ ਨਵੀਆਂ ਗੱਲਾਂ ਨੂੰ ਸਥਾਪਿਤ ਕਰੋਗੇ ਔਰ ਆਪਣੇ ਸਮਾਜ ਨੂੰ ਚੰਗੀਆਂ ਲੀਹਾਂ 'ਤੇ ਤੋਰੋਗੇ ਅਤੇ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ। ਥੈਂਕ ਯੂ, ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ ਜੀ। ਜੱਗੀ ਜੀ, ਤੁਸੀਂ ਸਾਹਿਤ ਦੇ ਵਿੱਚ ਕੋਈ, ਤੁਸੀਂ ਤੁਹਾਡੀਆਂ ਰਚਨਾਵਾਂ ਤੋਂ, ਤੁਹਾਡੀਆਂ ਲਿਖਤਾਂ ਤੋਂ ਕੋਈ ਵੀ ਅਭਿੱਜ ਨਹੀਂ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਭਾਰਤ ਵਿੱਚ ਬੈਠਾ ਜਾਂ ਪ੍ਰਦੇਸ਼ ਦੇ ਵਿੱਚ ਬੈਠਾ ਇਹੋ ਜਿਹਾ ਪੰਜਾਬੀ ਹੋਏਗਾ ਜਿਨ੍ਹਾਂ ਨੇ ਤੁਹਾਡੀਆਂ ਰਚਨਾਵਾਂ ਨਾ ਪੜ੍ਹੀਆਂ ਹੋਣ, ਤੁਹਾਡੇ ਬਾਰੇ ਨਾ ਸੁਣਿਆ ਹੋਵੇ। ਲੇਕਿਨ ਅੱਜ ਤੁਸੀਂ ਨਵੇਂ ਰੂਪ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਮੈਨੂੰ ਇਹ ਦੱਸੋ ਕਿ ਰੋਕੋ ਕੈਂਸਰ ਕਦੋਂ ਸ਼ੁਰੂ ਹੋਈ ਅਤੇ ਤੁਹਾਡਾ ਹੁਣ ਇਸ ਵਿੱਚ ਕੀ ਰੋਲ ਹੈ? ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਮੀਡੀਆ ਪੰਜਾਬ ਟੀਵੀ, ਮੀਡੀਆ ਪੰਜਾਬ ਰੇਡੀਓ ਅਤੇ ਮੀਡੀਆ ਪੰਜਾਬ ਅਖਬਾਰ ਦਾ, ਜਿਨ੍ਹਾਂ ਨੇ 4 ਦਿਨ ਤੋਂ ਲੈ ਕੇ ਅੱਜ ਤੱਕ ਸਾਨੂੰ ਬਹੁਤ ਸਹਿਯੋਗ ਦਿੱਤਾ, ਅੱਗੇ ਵੀ ਦੇਣਗੇ। ਜਿਵੇਂ ਕਿ ਚਾਵਲਾ ਸਾਹਿਬ ਕੱਲ੍ਹ ਐਲਾਨ ਕਰ ਹੀ ਚੁੱਕਿਆ ਲਿਖਤੀ ਰੂਪ ਦੇ ਵਿੱਚ ਕਿ ਮੀਡੀਆ ਪੰਜਾਬ ਸਾਡੇ ਯੂਰਪ ਭਰ ਦੇ ਵਿੱਚ ਸਾਡਾ ਮੀਡੀਆ ਪਾਰਟਨਰ ਹੈ ਜੀ। ਰੋਕੋ ਕੈਂਸਰ ਸੰਸਥਾ ਸਰਦਾਰ ਅਜਿੰਦਰਪਾਲ ਸਿੰਘ ਜੀ ਚਾਵਲਾ ਨੇ 2001 ਦੇ ਵਿੱਚ ਸ਼ੁਰੂ ਕੀਤੀ ਜੀ, ਜਿਹੜੀ ਅੱਜ ਤੱਕ ਨਿਰੰਤਰ ਆਪਣੀ ਕੈਂਸਰ ਦੇ ਮਰੀਜ਼ ਜਾਂ ਜਾਂਚ ਵਾਸਤੇ ਜੋ ਲੋਕਾਂ ਦੀ ਸੇਵਾ ਅੱਜ ਤੱਕ ਕਰਦੀ ਆਉਂਦੀ ਹੈ। ਉਹਨਾਂ ਦੀ ਸੁਪਤਨੀ ਬੀਬੀ ਮਨਜੀਤ ਕੌਰ ਚਾਵਲਾ ਆਪਣੇ ਕੈਂਸਰ ਦੀ ਬਿਮਾਰੀ ਨਾਲ ਚੜ੍ਹਾਈ ਕਰ ਗਏ ਸੀ। ਉਹਨਾਂ ਦੇ ਮਨ ਦੇ ਵਿੱਚ ਇਹੀ ਸੀ ਵੀ ਜਿਹੜੀ ਜਿਹੜੀ ਭਾਵੜੀ ਭਾਵੀ ਸਾਡੇ ਨਾਲ ਬੀਤੀ ਹੈ ਵੀ ਉਹ ਕਿਸੇ ਹੋਰ ਨਾਲ ਨਾ ਬੀਤੇ। ਮੇਰਾ ਰੋਲ ਜਿਹੜਾ ਤੁਸੀਂ ਪੁੱਛਿਆ ਉਹ ਰੋਕੋ ਕੈਂਸਰ ਦੇ, ਮਤਲਬ ਤੁਹਾਨੂੰ ਪਤਾ ਹੈ ਵੀ ਯਾਰ ਗਲੋਬਲ ਡਾਇਰੈਕਟਰ ਵਜੋਂ ਮੈਨੂੰ ਨਿਯੁਕਤ ਕੀਤਾ ਗਿਆ। ਸੋ ਦੁਨੀਆ ਭਰ ਦੇ ਵਿੱਚ ਵਿਚਰ ਕੇ ਆਪਣੀ ਸੰਗਤ ਨੂੰ, ਆਪਣੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਵੀ ਬੈਠਿਆ ਉਹਨਾਂ ਨੂੰ ਜਾਗਰੂਕ ਕਰਨਾ ਜੀ, ਇਹਦੇ ਬਾਰੇ ਦੱਸਣਾ। ਕਿਉਂਕਿ ਮੈਂ ਇੱਕ ਗੱਲ ਨਾਲ ਪਹਿਲਾਂ ਕਹਿਣਾ ਕਹਿ ਦੇਵਾਂ ਜੀ ਕਿ ਜੇ ਕੈਂਸਰ ਦਾ ਮੁੱਢਲੀ ਸਟੇਜ 'ਤੇ ਪਤਾ ਲੱਗ ਜਾਂਦਾ ਪਹਿਲੇ ਪੜਾਅ ਦੇ ਵਿੱਚ ਅਤੇ ਉਸ ਦਾ ਇਲਾਜ ਸੰਭਵ ਹੈ, ਸੰਭਵ ਹੈ ਬਿਲਕੁਲ। ਅਤੇ ਜਦੋਂ ਅਸੀਂ, ਉਹ ਮੈਂ ਅੱਗੇ ਵੀ ਇੱਕ ਗੱਲ ਕੀਤੀ ਸੀ ਵੀ ਆਪਾਂ ਡੁੱਬਦੇ ਸ਼ਿਪ ਦੇ ਰਹਿਮ 'ਤੇ ਬੈਠੇ ਰਹਿਣਾ ਇੱਕ ਮਤਲਬ ਚੰਗਾ ਅਸੂਲ ਜਾਂ ਸਿਧਾਂਤ ਨਹੀਂ ਜਾਂ ਵਿਚਾਰ ਨਹੀਂ ਜੀ। ਜੇ ਤੁਸੀਂ ਕੁਛ ਕਰੋਗੇ ਹੀ ਨਾ, ਮਤਲਬ ਤੁਸੀਂ ਡੁੱਬੋਗੇ ਬਿਲਕੁਲ। ਉਹ ਕਹਿਣ ਦਾ ਮਤਲਬ ਹੁਣ ਇਹ ਹੈ ਵੀ ਅਸੀਂ ਪਿੰਡਾਂ ਦੇ ਵਿੱਚ, ਚਾਵਲਾ ਸਾਹਿਬ ਨੇ ਬਹੁਤ ਸੇਵਾ ਕੀਤੀ, ਸਾਡਾ ਸਟਾਫ ਬਹੁਤ ਸੇਵਾ ਕਰ ਰਿਹਾ, ਠੀਕ ਹੈ। ਮੇਰੀਆਂ ਚਾਵਲਾ ਸਾਹਿਬ ਨਾਲ ਤਕਰੀਬਨ ਹਰ ਰੋਜ਼ ਮੀਟਿੰਗਾਂ ਹੋਈਆਂ। ਪਰਸੋਂ ਸਾਡੀ ਆਪਣੇ ਹਮਦਰਗ ਗੁਰਦੁਆਰੇ ਦੇ ਪ੍ਰਧਾਨ ਜਾਂ ਉਸ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਰਦਾਰ ਅਮਰਜੀਤ ਸਿੰਘ ਸਿੱਧੂ, ਰੇਸ਼ਮ ਸਿੰਘ ਭਰੋਲੀ ਹੋਣਾ ਨਾਲ
ਸਾਡੀ ਉੱਥੇ ਬਹਿ ਕੇ ਖੁੱਲ੍ਹੀ ਗੱਲਬਾਤ ਵੀ ਹੋਈ। ਉਹਦੇ ਵਿੱਚ ਇਹ ਮੈਂ ਗੱਲ ਕਹੀ ਕਿ ਮਾਲਵਾ, ਮਾਝਾ, ਦੁਆਬਾ ਜੀ ਬਹੁਤ ਲੋਕ ਬਾਹਰ ਬੈਠੇ ਬਿਲਕੁਲ, ਜਿਹੜੇ ਆਪ ਦੇ ਲੋਕਾਂ ਜਾਂ ਆਪਦੇ ਇਲਾਕੇ ਵਾਸਤੇ ਜਾਂ ਆਪਦੇ ਪਿੰਡਾਂ ਵਾਸਤੇ ਆਪਦੇ ਸ਼ਹਿਰਾਂ ਵਾਸਤੇ ਭਲਾ ਸੋਚਦੇ ਵੀ ਹੈ ਅਤੇ ਭਲਾ ਕਰਦੇ ਵੀ ਹੈ। ਮੈਂ ਇੱਕ ਸਰਚ ਮਾਰੀ ਸੀ ਬਈ ਜਿਹੜੇ ਫਾਜ਼ਿਲਕਾ ਖੇਮਕਰਨ ਉਸ ਬਾਰਡਰ ਏਰੀਏ ਦੇ ਵਿੱਚ ਉੱਧਰ ਵਿਚਾਰੇ ਬਹੁਤ ਲੋੜਵੰਦ ਲੋਕ ਹੈ ਜੀ ਜੀ, ਕਿਉਂਕਿ ਉਹਨਾਂ ਕੋਲ ਕੋਈ ਹੀਲਾ ਨਹੀਂ ਵਸੀਲਾ ਵੀ ਜਿੱਥੇ ਚਲੋ ਮਾਲਵੇ ਮਾਝੇ ਜਾਂ ਮਾਝੇ ਜਾਂ ਦੁਆਬੇ ਵਾਲੇ ਆਪਦੇ ਕਾਰਜ ਕਰੀ ਜਾਂਦੇ ਆਪਾਂ ਉਹਨਾਂ ਦੇ ਜੀ, ਉਹਨਾਂ ਦੀ ਹਮਾਇਤ ਨਾਲ ਜਾਂ ਉਹਨਾਂ ਦੀ ਸਪੋਰਟ ਨਾਲ ਅਸੀਂ ਵੀ ਕਰੀ ਜਾਂਦੇ ਹਾਂ, ਪਰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਉਹਦਾ ਸਤਿਗੁਰੂ ਪਿਆਰਾ ਬਿਲਕੁਲ ਬਿਲਕੁਲ, ਅਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਸੰਗਤ ਦੇ ਵਿੱਚ ਹੀ ਰੱਬ ਵੱਸਦਾ ਅਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ। ਪਰਸੋਂ ਅਸੀਂ ਹਾਕ ਮਾਰੀ ਆਪਣੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ, ਉਹ ਕਹਿੰਦੇ ਜੀ ਜਿੰਨੇ ਵੀ ਤੁਸੀਂ ਕੈਂਪ ਲਾਓਗੇ ਉਸ ਏਰੀਏ ਦੇ ਵਿੱਚ ਸਾਨੂੰ ਦੱਸਿਓ, ਅਸੀਂ ਖਰਚ ਦੇਵਾਂਗੇ। ਇੰਨਾ ਮੇਰਾ ਮਨ ਖੁਸ਼ ਹੋਇਆ ਵੀ ਇੱਕ ਹਾਕ ਮਾਰਨ 'ਤੇ ਇੰਨੀ ਹਮਦਰਦੀ ਲੋਕਾਂ ਵੱਲੋਂ ਵੀ ਸਾਡੇ ਪਹਿਲਾਂ ਪਹਿਲੀ ਗੱਲ ਦਾ ਜਿਹੜਾ ਪੰਜਾਬੀ ਹੈ ਉਹ ਚਾਰੇ ਪਾਸੇ ਮਹਾਨ ਹੀ ਮਹਾਨ ਹੈ, ਸੇਵਾ ਦੇ ਵਿੱਚ ਸਭ ਤੋਂ ਅੱਗੇ, ਜੰਗਾਂ ਦੇ ਵਿੱਚ ਸਭ ਤੋਂ ਅੱਗੇ। ਅਤੇ ਮੈਂ ਉਹੀ ਗੱਲ ਜਿਹੜੀ ਹੁਣ ਮੈਂ ਰਿਸਰਚ ਕਰਕੇ ਮੈਂ ਪਿਛਲੇ ਹਫ਼ਤੇ ਦੇਖੀ ਹੈ ਵੀ ਪੰਜਾਬ ਦੇ 22 ਜ਼ਿਲ੍ਹੇ ਹੈ, 12,856 ਪਿੰਡ ਹੈ, ਉਹਨਾਂ ਦੇ ਵਿੱਚ 1,00,000 ਜਨਸੰਖਿਆ ਦੇ ਪਿੱਛੇ 136 ਕੈਂਸਰ ਦੇ ਮਰੀਜ਼ ਹੈ। ਮਤਲਬ ਜਾਣੀ ਕਿ ਪੰਜਾਬ ਦੀ ਜਿਹੜੀ ਸਿਚੁਏਸ਼ਨ, ਜਿਹੜੇ ਹਾਲਾਤ ਨੇ ਉਹ ਬੜੇ ਹਿਰਦੇ ਵਿਦਕ ਨੇ ਇਸ ਵੇਲੇ, ਖਾਸ ਕਰਕੇ ਕਹਿੰਦੇ ਸੀ ਨਾ ਵੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਤੇ ਵੀ ਬੜੀ ਸਾਫ ਸੁਥਰਾ ਪੌਣ ਪਾਣੀ ਹਵਾ ਵਾਯੂ, ਲੇਕਿਨ ਅਸੀਂ ਸਾਰਾ ਕੁਛ ਜਿਹੜਾ ਦੂਸ਼ਿਤ ਕਰ ਦਿੱਤਾ। ਬਿਲਕੁਲ, ਉਹਨਾਂ ਦੇ 136 ਮਰੀਜ਼ਾਂ ਦੇ ਵਿੱਚੋਂ 18 ਦੀ ਹਰ ਰੋਜ਼ ਰੋਜ਼ਾਨਾ ਮੌਤ ਹੋ ਰਹੀ ਹੈ। ਆਪਾਂ ਜਿਵੇਂ ਰਾਤ ਵੀ ਗੱਲ ਕਰਦੇ ਸੀ ਕਿ ਬਠਿੰਡੇ ਤੋਂ ਬੀਕਾਨੇਰ ਇੱਕ ਟ੍ਰੇਨ ਜਾਂਦੀ ਹੈ ਜਿਹਦਾ ਨਾਂ ਹੀ ਕੈਂਸਰ ਟ੍ਰੇਨ ਵੱਜਦਾ, ਉਹਦੇ ਵਿੱਚ 500 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਬੀਕਾਨੇਰ ਨੂੰ ਢੋਏ ਜਾ ਰਹੇ ਹੈ। ਉਹ ਮੈਂ ਇਹੀ ਸੋਚਦਾ ਵੀ ਜੇ ਸਾਨੂੰ NRI ਭਰਾ, ਬਾਹਰਲੇ ਵੀਰ ਭੈਣਾਂ ਸਾਨੂੰ ਸਹਿਯੋਗ ਦੇਣ, ਆਪਦੇ ਪਿੰਡ ਪਿੰਡ ਜਾ ਕੇ ਕੈਂਪ ਲਾਉਣ, ਉਹਨਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਉਹਨਾਂ ਦੇ ਵਿੱਚੋਂ ਜਿਹੜੇ ਪਹਿਲੀ ਸਟੇਜ 'ਤੇ ਸ਼ੁਰੂ ਹੁੰਦਾ ਉਹਨਾਂ ਨੂੰ ਫੜ ਕੇ ਅਤੇ ਉਹਨਾਂ ਨੂੰ ਇਲਾਜ ਵਾਸਤੇ ਭੇਜਿਆ ਜਾਵੇ। ਜਿਵੇਂ ਚਾਵਲਾ ਸਾਹਿਬ ਨੇ ਦੱਸਿਆ ਸੀ ਕਿ ਇੱਕ ਬੀਬੀ ਦਾ ਪਹਿਲੀ ਸਟੇਜ 'ਤੇ ਪਤਾ ਲੱਗਿਆ 7,800 ਰੁਪਈਏ ਦੇ ਵਿੱਚ ਉਹਦਾ ਇਲਾਜ ਹੋਇਆ, ਉਹਨਾਂ ਨੂੰ ਇਲਾਜ ਵਾਸਤੇ ਭੇਜਿਆ ਜਾਵੇ, ਯੋਗ ਹੱਥਾਂ ਦੇ ਵਿੱਚ, ਨੇਕ ਹੱਥਾਂ ਦੇ ਵਿੱਚ ਸੌਂਪਿਆ ਜਾਵੇ। ਤਾਂ ਜੇ NRI ਭਰਾ ਸਾਨੂੰ ਸਹਿਯੋਗ ਦੇਣਗੇ, ਕੈਂਪ ਲਾਉਣਗੇ, ਜਾਂਚ ਕੈਂਪਾਂ ਦੇ ਵਿੱਚ ਜਿਹੜੇ ਮੁੱਢਲੇ ਪੜਾਅ 'ਤੇ ਸਾਨੂੰ ਪਤਾ ਲੱਗ ਗਿਆ ਉਹ ਜਿਹੜੀ ਆਪਣਾ ਜਾਂਦੀ ਹੈਗੀ ਹੈ ਕੈਂਸਰ ਟ੍ਰੇਨ ਬਠਿੰਡੇ ਤੋਂ ਬੀਕਾਨੇਰ ਨੂੰ, ਉਹਦੇ ਵਿੱਚੋਂ ਘੱਟੋ ਘੱਟ ਜੇ ਬਹੁਤੇ ਨਹੀਂ ਤਾਂ ਸਾਲ ਦੇ ਵਿੱਚ ਅਸੀਂ ਅੱਧੇ ਮਰੀਜ਼ ਘਟਾ ਸਕਦੇ ਹਾਂ, ਕਿਉਂਕਿ ਜਦੋਂ ਬਿਮਾਰੀ ਅੱਧ ਵਾਲੇ ਪੜਾਅ ਤੋਂ ਅੱਗੇ ਟੱਪ ਗਈ ਫਿਰ ਤਾਂ ਡਾਕਟਰ ਇੱਕੋ ਹੀ ਗੱਲ ਕਹਿੰਦੇ ਜੀ ਲੈ ਜਾਓ ਅਤੇ ਸੇਵਾ ਕਰੋ। ਉਹ ਮੈਂ ਅਸੀਂ ਸੇਵਾ ਤੱਕ ਨਹੀਂ ਸੀਮਤ ਕਰਨਾ ਚਾਹੁੰਦੇ, ਅਸੀਂ ਉਦੋਂ ਪਹਿਲਾਂ ਹੀ ਵੀ ਉਹਨਾਂ ਨੂੰ ਫੜੋ, ਜਾਂਚ ਕਰੋ। ਮੈਂ ਇੱਕ ਹੋਰ ਵੀ ਬੇਨਤੀ ਕਰੂੰਗਾ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ, ਬਈ ਸਭ ਤੋਂ ਵੱਧ ਇਸ ਕੈਂਸਰ ਦਾ ਨਾਂ ਹੋਊਗਾ ਹੀ ਵੱਡਾ ਬਣਾਇਆ ਵਾ ਲੋਕਾਂ ਨੇ, ਨਾਂ ਸੁਣ ਕੇ ਹੀ ਇੱਕ ਵਾਰੀ ਲੱਤਾਂ ਕੰਬ ਜਾਂਦੀਆਂ, ਲੱਤਾਂ ਕੰਬ ਜਾਂਦੀ ਵੀ ਆਹ ਕੀ ਹੋ ਗਿਆ। ਉਹ ਮੈਂ ਉਹ ਕੱਲ੍ਹ ਜਿਹੜੀ ਐਡਵਰਟਾਈਜ਼ਮੈਂਟ ਉਹਦੇ ਵਿੱਚ ਵੀ ਕਿਹਾ ਬਈ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਬਿਮਾਰੀ ਦੇ ਨਾਲ ਮੁਕਾਬਲਾ ਕਰੋ। ਜੇ ਵੈਰੀ ਚੱਲ ਕੇ ਤੁਹਾਡੇ ਦਰਵਾਜ਼ੇ ਤੇ ਆ ਗਿਆ ਤੁਸੀਂ ਉਹਦੇ ਰਹਿਮ ਤੇ ਨਾ ਖੜੋ ਜਾਂ ਉਹਨੂੰ ਦੇਖ ਕੇ ਦਰਵਾਜ਼ਾ ਬੰਦ ਨਾ ਕਰੋ, ਕਿਉਂਕਿ ਜੇ ਬਿੱਲੀ ਅੱਖਾਂ ਵਾਹਿਗੁਰੂ ਕਬੂਤਰ ਅੱਖਾਂ ਮੀਚ ਲੈਂਦਾ ਤਾਂ ਬਿੱਲੀ ਨਹੀਂ ਮਰ ਜਾਂਦੀ, ਬਿਮਾਰੀ ਨੇ ਨਹੀਂ ਭੱਜ ਜਾਣਾ, ਬਿਮਾਰੀ ਤੁਹਾਡੇ ਅੰਦਰ ਹੈ ਤੇ ਉਹਨੇ ਫੈਲਣਾ ਹੀ ਫੈਲਣਾ, ਉਹ ਹੋਰ ਘਾਤਕ ਬਣੂਗੀ। ਜੇ ਉਹਨੂੰ ਪਹਿਲੇ ਪੜਾਅ ਤੇ ਫੜ ਕੇ ਉਹਦੀ ਜੜ ਫੜ ਲਈ ਤੇ ਉਹਨੂੰ ਖਿੱਚ ਕੇ ਪਰੇ ਮਾਰਿਆ ਚਲਾ ਕੇ ਤੇ ਬੰਦਾ ਬਚ ਜਾਂਦਾ। ਸਾਡਾ ਇਹੀ ਕਾਰਜ ਹੈ ਵੀ ਜੇ ਇੱਕ ਕੈਂਪ ਦੇ ਵਿੱਚੋਂ ਇੱਕ ਜਾਨ ਬਚਦੀ ਹੈ ਤੇ ਸਾਡਾ ਕੀਤਾ ਸਭ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇਸੇ ਕਰਕੇ ਮੈਂ ਇਹੀ ਬੇਨਤੀ ਕਰਦਾ ਹੁੰਦਾ ਸਾਰੇ ਭਰਾਵਾਂ ਭੈਣਾਂ ਨੂੰ ਵੀ ਆਪਦੇ ਪਿੰਡ ਦੇ ਵਿੱਚ ਕੈਂਪ ਲਾਓ, ਜਿੱਥੇ ਲੱਗ ਚੁੱਕੇ ਹੈ, ਜਿੱਥੇ ਨਹੀਂ ਜ਼ਰੂਰਤ ਚਲੋ ਠੀਕ ਹੈ, ਉੱਥੇ ਨਹੀਂ ਸਹੀ
ਤੇ ਜਿਹੜੇ ਹੁਣ ਬਾਰਡਰ ਏਰੀਏ ਦੇ ਵਿੱਚ ਬੈਠੇ ਉਹਨਾਂ ਆਪਣੇ ਬੇਟਿਆਂ ਨੂੰ ਸਪੋਰਟ ਭਰਾ, ਕਰੀਏ। ਹਾਂਜੀ ਤੇ ਉਹੀ ਆ ਬਈ ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗ ਹੈ ਵੈਸਣ ਪਾਈ ਹੈ, ਉਹਨਾਂ ਦੀ ਵੀ ਇਹ ਸੇਵਾ ਕੀਤੀ ਜਾਵੇ ਤਾਂ ਕਿ ਚਾਹੇ ਇੱਕ ਪਿੰਡ ਦੇ ਵਿੱਚੋਂ ਇੱਕ ਵੀ ਜਾਨ ਬਚੇ ਨਾ। ਬਿਲਕੁਲ, ਮੈਨੂੰ ਇੱਕ ਹੋਰ ਦੀ ਬੜੀ ਖੁਸ਼ੀ ਹੈ ਜੀ ਜੀ। ਅਸੀਂ ਕੈਂਪ ਲਾਏ ਆਪਣੇ ਜੰਮੂ ਕਸ਼ਮੀਰ ਏਰੀਏ ਦੇ ਵਿੱਚ ਜੀ ਜੀ, ਇੰਨੇ ਕੈਂਪ ਲੱਗੇ, ਮੈਨੂੰ ਬੜੀ ਖੁਸ਼ੀ ਹੋਈ, ਇੱਕ ਵੀ ਕੇਸ ਉੱਥੇ ਕੈਂਸਰ ਦਾ ਨਹੀਂ ਸਾਨੂੰ ਮਿਲਿਆ। ਠੀਕ ਹੈ, ਗੁਰੂ ਬਾਬਾ ਨਾਨਕ ਕਿਰਪਾ ਕਰਨ ਵੀ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਵੀ ਸਾਨੂੰ ਇੱਕ ਵੀ ਕੈਂਸਰ ਦਾ ਮਰੀਜ਼ ਨਾ ਮਿਲੇ। ਤਾਂ ਅਸੀਂ ਛੋਟੇ ਛੋਟੇ ਹੁੰਦੇ ਸੀ, ਕੰਧਾਂ 'ਤੇ ਪੜ੍ਹਦੇ ਹੁੰਦੇ ਸੀ ਲਿਖਿਆ ਵੀ ਚੇਚਕ ਦੀ ਬਿਮਾਰੀ ਦਾ ਦੀ ਖਬਰ ਦੇਣ ਵਾਲੇ ਨੂੰ 1,000 ਰੁਪਈਆ ਨਾ, ਉਸ ਵੇਲੇ 1,000 ਰੁਪਈਆ ਜਦੋਂ ਸਾਨੂੰ ਮੇਲੇ ਦੇ 3 ਦਿਨਾਂ ਵਾਸਤੇ 10 ਰੁਪਈਏ ਮਿਲਦੇ ਸੀ। ਉਹ ਮੈਂ ਉਹ ਸੋਚਦਾ ਹੁੰਦਾ ਬਈ ਕਦੇ ਸਮਾਂ ਆਵੇ, ਗੁਰੂ ਮਹਾਰਾਜ ਕਿਰਪਾ ਕਰਨ, ਸਮਾਂ ਆਵੇ ਭੈਣ ਭਰਾ ਸਾਨੂੰ ਸਹਿਯੋਗ ਦੇਣ, ਅਸੀਂ ਵੀ ਕੰਧਾਂ 'ਤੇ ਘਰ ਪਿੰਡ ਪਿੰਡ ਦੇ ਵਿੱਚ ਲਿਖਾਈਏ ਬਈ ਕੈਂਸਰ ਦੀ ਬਿਮਾਰੀ ਦੀ ਖਬਰ ਦੇਣ ਵਾਲੇ ਨੂੰ 10,000 ਰੁਪਈਆ। ਉਹ ਗੱਲਾਂ ਮੇਰੇ ਮਨ ਦੇ ਵਿੱਚ ਕਈ ਵਾਰੀ ਆਉਂਦੀਆਂ ਵੀ ਤੁਸੀਂ ਕੀ ਉਦੋਂ ਪੜ੍ਹਦੇ ਹੁੰਦੇ ਸੀ, ਕੀ ਅੱਜ ਹੈ ਹਨਾ। ਤੇ ਉਹ ਬਸ ਮੈਂ ਇਹੀ ਕਹਿੰਦਾ ਬਈ ਸਾਡੇ ਤਾਂ ਆਹ ਮਕਸਦ ਲੈ ਕੇ, ਆਹ ਮੰਤਵ ਲੈ ਕੇ ਤੁਰੇ ਹੋਏ ਆ ਜੀ ਜੀ। ਤੁਸੀਂ ਗੱਲ ਕੀਤੀ ਕਿ ਜਾਂਚ ਕੈਂਪ ਜਿਹੜੇ ਨੇ ਪਿੰਡੋ ਪਿੰਡ ਸ਼ਹਿਰੋ ਸ਼ਹਿਰ ਹਰ ਕਸਬੇ ਦੇ ਵਿੱਚ ਲਗਾਉਣ ਦਾ ਜਿਹੜਾ ਤੁਸੀਂ ਤਹੱਈਆ ਕੀਤਾ ਹੈ ਰੋਕੋ ਕੈਂਸਰ ਦੇ ਤਹਿਤ, ਔਰ ਬਹੁਤ ਸਾਰੀਆਂ ਤੁਸੀਂ ਪਹਿਲਾਂ ਮੈਨੂੰ ਦੱਸਿਆ ਕਿ ਤੁਹਾਡੀਆਂ ਟੀਮਾਂ, ਤੁਹਾਡੀਆਂ ਜਿਹੜੀਆਂ ਬੱਸਾਂ ਨੇ ਜਿਹੜੀਆਂ ਪੂਰੀ ਵਕਤ ਦੀ ਮਸ਼ੀਨਰੀ ਨਾਲ ਲੈਸ ਨੇ, ਜਿਹਦੇ ਵਿੱਚ ਮੈਮੋਗ੍ਰਾਫੀ ਅਤੇ ਹੋਰ ਸਾਰੇ ਜਿੰਨੇ ਵੀ ਟੈਸਟ, ਸ਼ੂਗਰ ਬਲੱਡ ਟੈਸਟ ਉਹਨਾਂ ਦੇ ਵਿੱਚ ਕੀਤੇ ਜਾਂਦੇ ਨੇ, ਉਹ ਪਿੰਡੋ ਪਿੰਡ ਘਰੋਂ ਘਰ ਮਰੀਜ਼ਾਂ ਤੱਕ ਅਪਰੋਚ ਕਰਦੀਆਂ ਨੇ ਕਿ ਆਓ ਭਾਈ ਆਪਣੀ ਜਾਂਚ ਕਰਾਓ, ਔਰ ਖਾਸ ਕਰਕੇ ਇਹ ਜਾਂਚ ਵਾਸਤੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਬੀਬੀਆਂ ਨੂੰ, ਬੱਚੀਆਂ ਨੂੰ, ਕਿਉਂਕਿ ਪਹਿਲਾਂ ਹੁੰਦਾ ਸੀ ਕਦੀ ਕਿਤੇ ਤੁਹਾਡੀ ਚੇਚਕ ਦੀ ਗੱਲ ਹੋ, ਕਦੀ ਕਿਤੇ ਕੋਈ ਕੈਂਸਰ ਦਾ ਜਿਹੜਾ ਸੀ ਕੇਸ ਸੁਣਨ ਵਿੱਚ ਆਉਂਦਾ ਸੀਗਾ। ਅੱਜ ਕੱਲ੍ਹ ਜਿਹੜੀ ਇਹ ਘਾਤਕ ਨਾ ਮੁਰਾਦ ਬਿਮਾਰੀ ਇਹਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੇ ਇੱਕ ਭਿਆਨਕ ਪੰਜੇ ਦੇ ਵਿੱਚ ਲੈ ਆਉਂਦਾ ਹੈ। ਸਵਾਲ ਮੇਰਾ ਇਹ ਬਣਦਾ ਹੈ ਜੀ, ਤੁਸੀਂ ਜਾਂਚ ਕਰਕੇ ਲੋਕਾਂ ਨੂੰ ਜਾਂਚ ਲਿਆ, ਪਰਖ ਲਿਆ, ਤੁਹਾਨੂੰ ਕੁਝ ਮਰੀਜ਼ ਨਿਕਲੇ ਜਿਹੜੇ ਪੋਜ਼ਿਟਿਵ ਪਾਏ ਗਏ, ਤੇ ਉਹਨਾਂ ਦਾ ਫਿਰ ਕੀ ਜੀ? ਜਿਹੜੇ ਅਸੀਂ ਚਲੋ ਜਾਂਚ ਕੈਂਪ ਲਾਉਂਦੇ ਹਾਂ ਜੀ, ਉਹਦੇ ਵਿੱਚ ਮੈਂ ਤਾਂ ਇਹੀ ਹਮੇਸ਼ਾ ਅੱਗੇ ਵੀ ਕਿਹਾ, ਮੈਂ ਸਟੇਜ 'ਤੇ ਵੀ ਕਿਹਾ ਵੀ ਗੁਰੂ ਬਾਬਾ ਨਾਨਕ ਕਿਰਪਾ ਕਰਨ, ਇਹ ਬਿਮਾਰੀ ਕਿਸੇ ਨੂੰ ਵੀ ਨਾ ਹੋਵੇ ਜੀ, ਰੱਬ ਨਾ ਕਰੇ, ਰੱਬ ਨਾ ਕਰੇ ਕਿਸੇ ਕੋਈ ਪੋਜ਼ਿਟਿਵ ਰਿਪੋਰਟ ਆਉਂਦੀ ਵੀ ਇਸ ਨੂੰ ਕੈਂਸਰ ਹੈ ਜੀ। ਬਿਲਕੁਲ, ਅਸੀਂ ਉਹਨਾਂ ਨੂੰ ਚਲੋ ਰਿਪੋਰਟ ਦਿੰਦੇ ਹਾਂ, ਮੈਡੀਕਲ ਇਲਾਕੇ ਦੇ ਆਪਣੇ ਮੈਡੀਕਲ ਅਫੀਸਰ ਨੂੰ ਵੀ ਰਿਪੋਰਟ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਯੋਗ ਸਲਾਹ ਵੀ ਦਿੰਦੇ ਹਾਂ, ਮਤਲਬ ਮੈਂ ਨਹੀਂ, ਜਿਹੜੇ ਸਾਡੇ ਮਤਲਬ ਜਿਹੜੇ ਡਾਕਟਰ ਹੈ ਡਾਕਟਰ ਠੀਕ ਹੈ ਜਾਂ ਲੇਡੀ ਡਾਕਟਰਸ ਨੇ, ਉਸ ਤੋਂ ਬਾਅਦ ਉਹਨਾਂ ਨੂੰ ਯੋਗ ਹੱਥਾਂ ਦੇ ਵਿੱਚ ਵੀ ਸੌਂਪਿਆ ਜਾਂਦਾ। ਆਪਣੇ ਹਮਵਰਗ ਗੁਰੂ ਘਰ ਦੇ ਪ੍ਰਧਾਨ ਪੁੱਛਦੇ ਸੀਗੇ ਬਈ ਤੁਸੀਂ ਉਦੋਂ ਅੱਗੇ ਕੋਈ ਦਵਾਈ ਬੂਟੀ ਦਾ, ਮੈਂ ਕਿਹਾ ਜੀ ਮੇਰੀ ਗੱਲ ਸੁਣੋ, ਕਿਸੇ ਬੰਦੇ ਨੂੰ 10 ਦਿਨਾਂ ਤੈਨੂੰ ਸ਼ੂਗਰ ਹੈ, ਕਿਸੇ ਬੰਦੇ ਨੂੰ 10 ਦਿਨਾਂ ਤੈਨੂੰ ਬਲੱਡ ਪ੍ਰੈਸ਼ਰ ਹੈ, ਉਹ ਮਤਲਬ ਉਹਨੂੰ ਅਵੇਅਰ ਕਰ ਦੇਣਾ ਵੀ ਭਾਈ ਬਚ ਕੇ ਬੋਰਡ ਤੋਂ ਖਤਰਾ ਹੈ। ਅੱਛਾ, ਦੂਜੀ ਗੱਲ ਉਹਨਾਂ ਨੇ ਦਵਾਈਆਂ ਦੀ ਪੁੱਛਿਆ ਸੀ, ਮੈਂ ਕਿਹਾ ਜੀ ਮੇਰੀ ਗੱਲ ਸੁਣੋ ਵੀ ਮੈਂ ਤਾਂ ਘਰੋਂ ਘਾਹ ਖੋਤ ਜਾਈ, ਮੈਂ ਤਾਂ ਆਪਣਾ ਆਪਦੇ ਬੱਚੇ ਪਾਲਦਾ, ਜੇ ਕੋਈ ਅਸੀਂ ਹੁਣ ਸਾਡੀਆਂ ਵੈਬਸਾਈਟਾਂ 'ਤੇ ਪਾਉਣਾ ਸ਼ੁਰੂ ਕਰਨਾ ਵੀ ਕਿਹੜੇ ਐਨਆਰਏ ਭੈਣ ਨੇ ਜਾਂ ਭਰਾ ਨੇ ਜੀ ਉਸ ਏਰੀਏ ਦੇ ਵਿੱਚ ਕੈਂਪ ਲਾਏ, ਅਸੀਂ ਉਹਨਾਂ ਦੀ ਰਿਪੋਰਟ ਉਹਨਾਂ ਨੂੰ ਸੌਂਪਿਆ ਕਰਾਂਗੇ ਵੀ ਆਹ ਦੇਖੋ ਜੀ ਆਹ ਰਿਪੋਰਟ ਹੈ ਜੀ, ਆਹ 2-4 ਬੰਦਿਆਂ ਨੂੰ ਹੈਗੇ ਅਤੇ ਇਹਨਾਂ ਦੇ ਵਿੱਚੋਂ 2 ਲੋੜਵੰਦ ਹੈ। ਵੀ ਜੇ ਤੁਸੀਂ ਇਹ ਕਿ ਸਾਰੇ ਤਾਂ ਨਹੀਂ, ਬਹੁਤ ਸਾਰੇ ਲੋੜਵੰਦ ਹੋ ਸਕਦੇ, ਕੁਝ ਨਹੀਂ ਵੀ ਹੋ ਸਕਦੇ, ਚਲੋ ਜਿਹੜੇ ਇਲਾਜ ਕਰਾਉਣ ਦੇ ਸਮਰੱਥ ਵੀ ਹੈ ਜੀ ਉਹਨਾਂ ਦੀ ਗੱਲ ਵੱਖਰੀ ਹੈ, ਜਿਹੜੇ ਹੁਣ ਆਏ ਹੈ ਵੀ ਤੁਸੀਂ ਜਿਹੜੇ ਲੋੜਵੰਦ ਵਧੇਰੇ ਭਜਨ ਕਰਦੇ ਆ ਬਿਲਕੁਲ, ਤੇ ਜਿਹਨਾਂ ਕੋਲ ਕੁਛ ਹੈ ਹੀ ਨਹੀਂ ਉਹਨਾਂ ਦੇ, ਜਦੋਂ ਹੈ ਹੀ ਨਹੀਂ ਉਹਨਾਂ ਨੇ ਇਲਾਜ ਕਿੱਥੋਂ ਕਰਾਉਣਾ? ਤੇ ਉਦੋਂ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਪ੍ਰਧਾਨ ਸਾਹਿਬ, ਮੈਂ ਕਿਹਾ ਜੀ ਅਸੀਂ ਉਹਨਾਂ ਦੀ ਲਿਸਟ, ਉਹਨਾਂ ਦੇ ਐਡਰੈਸ, ਉਹਨਾਂ ਦੇ ਫੋਨ ਨੰਬਰ, ਉਹਦੇ ਪਿੰਡ, ਜੋ ਵੀ ਮਤਲਬ ਤੁਹਾਨੂੰ ਅਸੀਂ ਸੌਂਪਾਂਗੇ ਵੀ ਆਹ 2 ਬੰਦੇ ਲੋੜਵੰਦ ਹੈ ਜੀ, ਤੁਸੀਂ ਕਰੋ ਕਿਰਪਾ ਇਹਨਾਂ ਦੀ ਦਵਾਈ ਦਾ ਪ੍ਰਬੰਧ ਕਰਵਾ ਕੇ ਦਿਓ। ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਅਸੀਂ ਕਰਵਾਵਾਂਗੇ। ਮੈਂ ਕਿਹਾ ਜੀ ਕਿਆ ਬਾਤ ਹੈ, ਉਹ ਤਾਂ ਸਾਡੇ ਵਾਸਤੇ ਗੁਰੂ ਬਾਬਾ ਨਾਨਕ ਨੇ ਇੱਕ ਹੋਰ ਰਸਤਾ ਅੱਗੇ ਖੋਲਤਾ ਨਾ, ਉਹ ਜਿਵੇਂ ਤੁਸੀਂ ਸਟੇਜ ਤੇ ਕਹਿੰਦੇ ਹੁੰਦੇ ਹੋ ਵੀ ਅਕੇਲੇ ਤੁਰੇ ਤੇ ਕਾਫਲਾ, ਹਾਂਜੀ ਹਾਂ ਬਿਲਕੁਲ ਬਿਲਕੁਲ, ਉਹ ਤਾਂ ਹੁਣ ਕਾਫਲਾ ਬਣੀ ਜਾਂਦਾ ਜਿੱਥੇ ਹੁਣ ਜਾਈਦਾ। ਹੁਣ 4 ਦਿਨ ਹੋ ਗਏ ਸਾਨੂੰ, ਅਸੀਂ ਪੈਰ ਜੁੱਤੀ ਨਹੀਂ ਪਾਈ ਤੇ ਨੰਗੀ ਹਿੱਕ ਭੱਜ ਕੇ ਅਗਲੇ ਦੇ ਸਾਹਮਣੇ ਗਏ ਆ ਵੀ ਆਹ ਕੰਮ ਹੈ ਸਾਨੂੰ, ਆਹ ਕੰਮ ਅਸੀਂ ਵਿਢਿਆ, ਆਹ ਸਾਡਾ ਕਾਰਜ, ਆਹ ਸਾਡੇ ਮੰਤਵ, ਆਹ ਮਕਸਦ ਹੈ ਤੇ ਆਹ ਅਸੀਂ ਕੰਮ ਕਰਨਾ ਕੈਂਸਰ ਨੂੰ ਭਜਾਉਣਾ। ਬਿਲਕੁਲ, ਅਜੇ ਹੁਣ ਖੜੇ ਪੈਰ ਤਾਂ ਕੈਂਸਰ ਨੂੰ, ਹੁਣ ਮੇਰੇ ਕੋਲ ਭੰਗੀਆਂ ਵਾਲੀ ਤੋਪ ਤਾਂ ਹੈ ਨਹੀਂ ਜਿਹੜੀ ਮੈਂ ਚਲਾ ਦੇਣੀ ਹੈ ਕੈਂਸਰ ਦੇ ਖਿਲਾਫ਼। ਉਹ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਕੁਛ ਅਸੀਂ ਕਰ ਸਕਦੇ ਹਾਂ ਉਹ ਹੁਣ ਕੰਮ ਸਾਡਾ ਦਿਨ ਰਾਤ ਚੱਲਦਾ, ਕੋਈ ਮੇਰਾ ਸ਼ਨਿਚਰਵਾਰ ਨਹੀਂ, ਕੋਈ ਐਤਵਾਰ ਨਹੀਂ, ਠੀਕ ਹੈ, ਤੇ ਅਸੀਂ ਮਤਲਬ 400 ਚੱਲਦੀ ਹੈ ਸਾਡੀ ਜੀ।
ਬਿਲਕੁਲ ਠੀਕ ਹੈ। ਤੁਸੀਂ ਸਾਹਿਤ ਨਾਲ ਸੰਬੰਧਿਤ ਹੋ ਔਰ ਲੋਕਾਂ ਨੂੰ ਜਾਗਰਿਤ ਕਰਨ ਲਈ ਇੱਕ ਤਾਂ ਜਾਂਚ ਕੈਂਪ ਲਗਾਏ ਜਾ ਰਹੇ ਨੇ, ਤੁਸੀਂ ਇਹ ਦੱਸੋ ਕਿ ਤੁਸੀਂ ਲੋਕਾਂ ਨੂੰ ਕੁਛ ਪੜ੍ਹਨ ਵਾਸਤੇ ਲਿਟਰੇਚਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮੁਹੱਈਆ ਕਰਾ ਰਹੇ ਹੋ ਤਾਂ ਜੋ ਜਿਹਨਾਂ ਨੂੰ ਨਹੀਂ ਵੀ ਕੈਂਸਰ ਉਹ ਅਰਲੀ ਸਾਈਨਸ ਜਾਂ ਆਪਣੇ ਆਪ ਨੂੰ ਉੱਤੋਂ ਬਚਾ ਲੈਣ, ਆਹ ਚੀਜ਼ਾਂ ਨਾ ਖਾਧੀਆਂ ਜਾਣ, ਇੱਧਰ ਨਾ ਜਾਇਆ ਜਾਵੇ ਜਾਂ ਦੱਸਿਆ ਜਾਵੇ ਵੀ ਆਹ ਇਸ ਇਲਾਕੇ ਦਾ ਪਾਣੀ ਇੰਨਾ ਦੂਸ਼ਿਤ ਜੇ, ਇਸ ਤਰ੍ਹਾਂ ਦਾ ਵੀ ਕੋਈ ਸਾਹਿਤਕ ਤੌਰ 'ਤੇ ਯਤਨ ਵੀ ਹੋ ਰਿਹਾ? ਬਿਲਕੁਲ ਹੋ ਰਿਹਾ ਜੀ, ਕਿਉਂਕਿ ਹੁਣ ਸਾਡੀ ਜਿਹੜੀ ਇੰਡੀਆ ਦੀ ਟੀਮ ਹੈ ਦਿੱਲੀ ਦੇ ਵਿੱਚ ਸੁਧਾ ਜੀ ਬੈਠੇ ਆ, ਉਹਨਾਂ ਨਾਲ ਵੀ ਸਾਡਾ ਵਿਚਾਰ ਵਟਾਂਦਰਾ ਹੁੰਦਾ। ਚਾਵਲਾ ਸਾਹਿਬ ਨਾਲ ਮੇਰੀ ਹਰ ਰੋਜ਼ ਮੀਟਿੰਗ ਹੁੰਦੀ ਹੈ ਦਫ਼ਤਰ ਦੇ ਵਿੱਚ। ਚਲੋ ਮੈਂ ਕਿਤੇ ਬਾਹਰ ਗਿਆ ਹੋਵਾਂ ਜਾਂ 2-3 ਦਿਨ ਬਾਅਦ ਮੈਂ ਆਉਣਾ, ਉਸ ਤੋਂ ਬਾਅਦ ਬਹਿ ਕੇ ਫਿਰ ਮੀਟਿੰਗ ਹੁੰਦੀ ਵੀ ਆਹ ਸਾਨੂੰ ਸੁਝਾਅ ਦਿੱਤੇ ਗਏ ਆ, ਉਹ ਲੀਫਲੈਟ ਆਪਣਾ ਛਪਵਾ ਕੇ ਅਸੀਂ ਆ ਗੁਰਦੁਆਰਿਆਂ ਦੇ ਵਿੱਚ ਵੀ ਵੰਡੇ ਆ, ਅਤੇ ਜਿੱਥੇ ਜਿੱਥੇ ਵੀ ਸਾਨੂੰ ਸੰਗਤ ਦੇ ਵਿੱਚ ਬੈਠਣ ਦਾ ਮਤਲਬ ਮੌਕਾ ਮਿਲਿਆ ਸੀ ਉੱਥੇ ਵੀ ਵੰਡੇ ਆ, ਅਸੀਂ ਉੱਥੇ ਜਾ ਕੇ ਸਪੀਚਾਂ ਵੀ ਦਿੱਤੀਆਂ। ਇੱਕ ਹੋਰ ਬੇਨਤੀ ਕਰੂੰਗਾ ਸਾਡੇ ਜਿਹੜੀ ਨਵੀਂ ਪੀੜ੍ਹੀ ਹੈ, ਇਹ ਨਹੀਂ ਮੈਂ ਕਹਿੰਦਾ ਵੀ ਮੈਂ ਬੜਾ ਸਾਧ ਅਤੇ ਸੰਤ ਸੀ, ਅਸੀਂ ਵੀ ਮਤਲਬ ਕਾਲਜਾਂ ਦੇ ਟਾਈਮ ਜਾਂ ਬਹੁਤ ਕੁਛ ਕੀਤਾ ਜੀ, ਮੈਂ ਇੱਕੋ ਬੇਨਤੀ ਕਰੂੰ ਬਈ ਜਿਹੜੇ ਮੂੰਹ ਦਾ ਕੈਂਸਰ ਹੈ ਇਹਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਹੈ। ਤੰਬਾਕੂ ਬੰਦ ਕਰੋ ਅਤੇ ਬੰਦ ਕਰਵਾਓ, ਇਹ ਨਹੀਂ ਵੀ ਸਾਡੇ ਪਿੰਡ ਮੈਨੂੰ ਪਤਾ ਲੱਗਿਆ ਇੱਕ ਪਿੰਡ ਜੇ ਅਸੀਂ ਤੰਬਾਕੂ ਬੰਦ ਕਰਵਾ ਦਿਆਂਗੇ ਜੀ, ਠੀਕ ਹੈ, ਉਹ ਹੱਲ ਨਹੀਂ, ਹੱਲ ਨਹੀਂ। ਉਹ ਤਾਂ ਹੁਣ ਆਇਆ ਵੀ ਜਿਵੇਂ ਬੱਕਰੀ ਨਹੀਂ ਆਪਣੇ ਉਹ ਪੱਤੇ ਪੱਤੇ ਖਿੱਚੀ ਜਾਂਦੀ ਹੁੰਦੀ, ਜੜ ਉੱਥੇ ਖੜੀ ਹੈ, ਪੱਤੇ ਤਾਂ ਫੇਰ ਆ ਜਾਣੇ ਆ। ਜੇ ਹੁਣ ਕੋਈ ਬੰਦਾ ਤੰਬਾਕੂ ਪੀਂਦਾ ਜਾਂ ਖਾਂਦਾ, ਜਦੋਂ ਉਹਨੂੰ ਲੋੜ ਹੈ ਦੁਕਾਨ ਵਾਲਾ ਨਹੀਂ ਵੇਚ ਰਿਹਾ, ਉਹ ਜਾ ਕੇ ਸ਼ਹਿਰੋਂ ਲੈ ਕੇ ਆਉਂਦਾ, ਤੁਸੀਂ ਇਹ ਸੋਚੋ ਵੀ ਉਹਨੂੰ ਹਟਾਉਣਾ ਕਿਵੇਂ ਹੈ। ਉਹਨਾਂ ਨੂੰ ਉਪਦੇਸ਼ ਦਿਓ ਵੀ ਭਰਾਵਾ ਹਟ ਜਾ, ਮਰ ਜਾਏਗਾ, ਬਹੁਤ ਖਤਰਨਾਕ ਹੈ, ਘਾਤਕ ਹੈ, ਜੇ ਮੂੰਹ ਦਾ ਕੈਂਸਰ ਤੈਨੂੰ ਹੋ ਗਿਆ ਨਾ ਤੇਰੇ ਅੰਦਰ ਪਾਣੀ ਦੀ ਤਿੱਪ ਨਹੀਂ ਲੰਘਣੀ। ਮੈਨੂੰ ਪਤਾ, ਮੈਂ ਇੱਕ ਰਿਪੋਰਟ ਮੇਰੇ ਕੋਲ ਆਈ, ਉਹ ਦੇਖਦਾ ਸੀ, ਉਹ ਜਵਾਨ ਮੁੰਡਾ, ਜਵਾਨ ਮੈਨੂੰ ਰੱਬ ਜਾਣੇ ਹੋਊਗਾ 17-18 ਸਾਲ ਦਾ ਹੋਊਗਾ, ਗਰਮੀ ਦਾ ਮੌਸਮ ਅਤੇ ਉਹਦੇ ਇੱਥੇ ਆਪਣਾ ਕੈਂਸਰ ਅਤੇ ਉਹਦੀ ਮਾਂ ਨੂੰ ਪੱਖਾ ਝੱਲੀ ਜਾਂਦੇ, ਮੇਰਾ ਮਨ ਇੰਨਾ ਦੁਖੀ ਹੋਇਆ। ਤੁਹਾਨੂੰ ਪਤਾ ਹੈ ਬਈ ਜਦੋਂ ਰੱਬ ਬਿਰਤੀ ਵਾਲਾ ਮਨ ਹੋਵੇ ਜਲਦੀ ਦੁਖੀ ਹੋ ਜਾਂਦਾ। ਮੈਂ ਉਦੋਂ ਬਾਬੇ ਨਾਨਕ ਨੂੰ ਇੱਕ ਮਿਹਣਾ ਦਿੱਤਾ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਵੀ ਜਾਂ ਤਾਂ ਮੈਨੂੰ ਆਪ ਦੀ ਰਹਿਮਤ ਬਖਸ਼ੋ, ਜਿਹੜਾ ਤੁਸੀਂ ਹੱਥ ਲਾ ਕੇ ਹੀ ਕੋੜੀਆਂ ਨੂੰ ਰਾਜ਼ੀ ਕਰ ਦਿੰਦੇ ਸੀ, ਜਾਂ ਮੈਨੂੰ ਇੰਨਾ ਅਮੀਰ ਬਣਾ ਦਿਓ ਜਿਹੜਾ ਮੈਂ 10 ਲੱਖ ਰੁਪਏ ਦਾ ਚੈੱਕ ਕੱਟ ਕੇ ਦਿਆਂ, ਇਹਨਾਂ ਨੂੰ ਉਦੋਂ ਫੜਾ ਦੇ, ਵਿਆਹ ਲਓ ਜੀ ਆਪਦਾ ਇਲਾਜ ਕਰਵਾ, ਇੰਨਾ ਮੈਂ ਦੁਖੀ ਹੋਇਆ। ਉਹ ਫਿਰ ਨਾਲ ਦੀ ਨਾਲ, ਕਿਉਂਕਿ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਉਸ ਲੋਕਾਂ ਦੇ ਲੋਕ ਮਿਲਣੇ ਵੀ ਮਿਲਣਾ ਵੀ ਪੈਂਦਾ, ਅਤੇ ਮੈਂ ਲੋਕਾਂ ਦੇ ਵਿੱਚ ਜਾਣਾ, ਆਏ ਨਹੀਂ ਜਿਵੇਂ ਹੁਣ ਆਮ ਲੋਕ ਹੁੰਦੇ ਵੀ ਤੁਸੀਂ ਮੈਨੂੰ ਪੱਖੀ ਝੱਲੋ ਅਤੇ ਮੈਂ ਤੁਹਾਨੂੰ ਉਪਦੇਸ਼ ਦਿੰਦਾ, ਨਾ ਅਸੀਂ ਉਹਨਾਂ ਲੋਕਾਂ ਦੇ ਵਿੱਚ। ਮੈਂ ਚਾਵਲਾ ਸਾਹਿਬ ਨੂੰ ਕਿਹਾ ਦੇਖੋ ਕੈਂਪਾਂ ਦੀ ਲੋਕ ਹਨੇਰੀ ਲਿਆਈ ਜਾਂਦੇ ਆ, ਧੜਾ ਧੜ ਕੈਂਪ ਦੇ ਰਹੇ ਆ, ਜਿੱਥੇ ਹਾਕ ਮਾਰਦਾ ਕੋਈ 10 ਦਿੰਦਾ, ਕੋਈ 15 ਦਿੰਦਾ, ਕੋਈ 5 ਦਿੰਦਾ, ਕੋਈ 2 ਦਿੰਦਾ, ਵੀ ਤੁਸੀਂ ਐਂ ਕਰੋ ਉੱਥੇ ਜਾ ਕੇ ਉਸ ਏਰੀਏ ਦੇ ਵਿੱਚ ਆਪ ਜਾ ਕੇ ਦੇਖੋ ਕੈਂਪ ਲੱਗਦੇ ਆ, ਉੱਥੇ ਜਾ ਕੇ ਚਾਹੇ ਘੰਟਾ ਜਾਓ ਦੇਖੋ ਕੀ ਹੋ ਰਿਹਾ। ਇਹ ਨਹੀਂ ਵੀ ਕੈਂਪ ਲਾ ਤਾ ਅਤੇ ਸਾਡਾ ਕੰਮ ਖਤਮ, ਅਸੀਂ ਸੁਰਖਰੂ ਹੋ ਗਏ ਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ, ਨਹੀਂ ਆਪਾਂ ਇਹ ਕੰਮ ਨਹੀਂ ਕਰਨਾ। ਜਿਹੜੇ ਭਰਾ ਜਿਹੜੇ ਭੈਣ ਐਨ ਆਰ ਆਈ ਜੋ ਵੀ ਹੈਗੇ ਆ ਜੋ ਕੈਂਪ ਕਿਸੇ ਸ਼ਰਧਾ ਭਾਵਨਾ ਦੇ ਨਾਲ ਲਵਾਉਂਦੇ ਆ, ਉਹਨਾਂ ਦੀ ਜਿਹੜੀ ਸੰਤੁਸ਼ਟੀ ਅਤੇ ਤਸੱਲੀ ਹੈ ਉਹ ਸਾਡੀ ਪ੍ਰਾਪਤੀ ਹੋਊਗੀ, ਤਾਂ ਲੋਕ ਸਾਡੇ ਨਾਲ ਮੁਹਿੰਮ ਬਣ ਕੇ ਤੁਰਨਗੇ। ਮੈਂ ਇਹੀ ਗੱਲ ਕਹਿੰਦਾ, ਮੈਂ ਹਰ ਪਿੰਡ ਦੇ ਵਿੱਚੋਂ ਵਲੰਟੀਅਰ ਇਕੱਠੇ ਕਰਕੇ ਬਈ ਭਰਾਵੋ ਆਵੋ, ਹੁਣ ਸਮਾਂ ਹੈ, ਪੰਜਾਬ ਰੁੜ ਚੱਲਿਆ, ਪੰਜਾਬ ਮਰ ਚੱਲਿਆ, ਵੀ ਜੇ ਇਹਨੂੰ ਨਾ ਸੰਭਾਲਿਆ ਜਾਂ ਨਾ ਅਵੇਅਰ ਕੀਤਾ ਬਈ ਇਹ ਜਾਓ, ਇਹ ਜਾਓ। ਬਿਲਕੁਲ ਮੈਂ ਕਿਸੇ ਗਵਰਨਮੈਂਟ ਨੂੰ ਕੋਈ ਬਲੇਮ ਨਹੀਂ ਦੇਣਾ ਚਾਹੁੰਦਾ, ਮੈਂ ਕਿਸੇ ਆਪਣੇ ਮੰਤਰੀ ਨੂੰ ਜਾਂ ਕਿਸੇ ਹੋਰ ਆਗੂ ਨੂੰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਪੰਜਾਬ ਦੀ ਕਿਸਮਤ ਹੈ ਉਹ ਨਵੀਂ ਪੀੜ੍ਹੀ ਦੇ ਹੱਥ ਹੈ। ਹੈਂਜੀ, ਉਹ ਮੈਂ ਪਰਸੋਂ ਪਤਨੀ ਚੌਥੇ ਆਪਣੇ ਫੇਸਬੁੱਕ 'ਤੇ ਪੜ੍ਹਦਾ ਸੀ, ਇੱਕ ਕਿਸੇ ਕਵੀ ਨੇ ਲਿਖਿਆ ਬਹੁਤ ਵਧੀਆ ਵੀ ਆਹ ਉਸ ਉਦਾਸ ਸ਼ਹਿਰ ਦੀ ਗੱਲ ਕਰੀਏ ਜਿਸ ਦੇ ਲੋਕਾਂ ਪਾਸ ਸ਼ੀਸ਼ਾ ਤਾਂ ਹੈ ਪਰ ਨਜ਼ਰ ਨਹੀਂ, ਉਹਨਾਂ ਪਾਸ ਪੈਰ ਤਾਂ ਹਨ ਪਰ ਪੈੜਾਂ ਨਹੀਂ। ਉਹ ਮੈਂ ਇਹਨਾਂ ਜਿਹੜੇ ਯੰਗ ਹੈ, ਚਲੋ ਮੈਥੋਂ ਅਗਲੀ ਪੀੜ੍ਹੀ ਦੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਕਰੋ ਕਿਰਪਾ, ਉੱਠੋ ਅੱਗੇ ਆਓ, ਬਣੋ ਆਪਣੇ ਪਿੰਡਾਂ ਦੇ ਆਗੂ, ਅਤੇ ਉਹਨਾਂ ਜਿਹੜੇ ਆਪਣੀਆਂ ਮਾਤਾਵਾਂ ਹੈ ਭੈਣਾਂ ਹੈ ਉਹਨਾਂ ਸਾਰਿਆਂ ਨੂੰ ਅਵੇਅਰ ਕਰੋ, ਕੈਂਪ ਲੋ ਜਿਹੜੇ ਲਵਾਉਂਦੇ ਆ ਤੁਹਾਡੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਜਾਂ ਤੁਹਾਡੇ ਜਿਹੜੇ ਆਪਣੇ ਪਿੰਡ ਦੇ ਬਾਹਰ ਬੈਠੇ ਆ, ਮਾਤਾਵਾਂ ਨੂੰ ਭੈਣਾਂ ਨੂੰ ਫੜ ਕੇ ਜਾਂਚ ਵਾਸਤੇ ਲਿਆਓ ਜੀ, ਵੀ ਅੰਦਰ ਡਰ ਕੇ ਬੈਠਣ ਦੀ ਲੋੜ ਨਹੀਂ, ਇਹਦਾ ਨਾ ਕੋਈ ਐਡਾ ਹਊਆ ਨਹੀਂ। ਮੈਂ ਬਹੁਤ ਵਾਰੀ ਕਹਿ ਚੁੱਕਿਆ
ਬਈ ਜੇ ਕੈਂਸਰ ਦਾ ਪਹਿਲੇ ਪੜਾਅ ਤੇ ਪਤਾ ਲੱਗ ਜਾਵੇ ਉਸ ਦਾ ਇਲਾਜ ਸੰਭਵ ਹੈ। ਬਿਲਕੁਲ ਤੁਹਾਨੂੰ ਨੰਬਰ ਵੀ ਤੁਹਾਨੂੰ ਅੱਗੇ ਵੀ ਆਪਣਾ ਬੇਨਤੀ ਹੈ, ਉੱਥੇ ਗੁਰਦੁਆਰੇ ਵੀ ਕਰਕੇ ਆਇਆ ਬਈ, ਮੈਂ ਇਹੀ ਬੇਨਤੀ ਕਰਦਾ ਯੂਰਪ ਭਰ ਦੇ ਵਿੱਚ ਬੈਠੇ ਹੋ, ਮੀਡੀਆ ਪੰਜਾਬ ਦਾ ਨੰਬਰ ਤੁਸੀਂ ਕਿਤੋਂ ਲੈ ਲਓ? ਜੀ ਮੀਡੀਆ ਪੰਜਾਬ ਦਾ ਨੰਬਰ ਲਓ, ਬਾਜਵਾ ਸਾਹਿਬ ਬਲਦੇਵ ਸਿੰਘ ਬਾਜਵਾ ਮੀਡੀਆ ਪੰਜਾਬ ਦਾ, ਸਾਡਾ ਵਾਹਿਗੁਰੂ ਮੀਡੀਆ ਪੰਜਾਬ ਦੇ ਕਰਤਾ ਧਰਤਾ ਬਲਦੇਵ ਸਿੰਘ ਬਾਜਵਾ ਸਾਡੇ ਮੀਡੀਆ ਪਾਰਟਨਰ ਨੇ, ਉਹਨਾਂ ਨਾਲ ਗੱਲ ਕਰੋ, ਸਾਡੇ ਤੱਕ ਪਹੁੰਚ ਕਰੋ, ਜਿੱਥੇ ਵੀ ਕੈਂਪ ਦੀ ਜ਼ਰੂਰਤ ਹੈ ਉਹ ਵੀ ਦੱਸੋ, ਅਤੇ ਜੇ ਤੁਹਾਨੂੰ ਕੋਈ ਸ਼ਿਕਾਇਤ ਹੈ ਸਾਨੂੰ ਉਹ ਵੀ ਦੱਸੋ, ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚ ਕਰਕੇ ਅਸੀਂ ਤੁਹਾਡੀਆਂ ਸ਼ੰਕਾਵਾਂ ਦੀ ਨਿਵਰਤੀ ਕਰਾਂਗੇ। ਜਿਵੇਂ ਕੁਛ ਸਾਹਿਬ ਆਪਾਂ ਪਹਿਲਾਂ ਜਦੋਂ ਸਾਹਿਤਿਕ ਗੱਲਾਂ ਕਰਦੇ ਹੁੰਦੇ ਸੀ, ਤੁਹਾਡੀ ਸਾਹਿਤਿਕ ਇੰਟਰਵਿਊ ਲਈ, ਤਾਂ ਗੱਲ ਉੱਥੇ ਹੀ ਆਉਂਦੀ ਹੈ ਕਿ ਜਦੋਂ ਅਸੀਂ ਕਹਿੰਦੇ ਨੇ ਕਲਾ ਜਦੋਂ ਲੋਕਾਂ ਵਾਸਤੇ ਬਣ ਜਾਂਦੀ ਹੈ ਅਤੇ ਉਦੋਂ ਉਹ ਸਮਾਜ ਦਾ ਕੋਈ ਨਾ ਕੋਈ ਭਲਾ ਕਰਦੀ ਹੈ। ਤੁਸੀਂ ਆਪਣੇ ਨਾਵਲਾਂ ਦੇ ਵਿੱਚ ਲੋਕਾਂ ਦਾ ਜਿਹੜਾ ਦਰਦ ਆ ਉਹਨੂੰ ਬੜੇ ਹਿਰਦੇ ਵਿਦਿਅਕ ਤਰੀਕੇ ਦੇ ਨਾਲ ਚਿੱਤਰਿਆ, ਉਹਨਾਂ ਲੋਕਾਂ ਦਾ ਦਰਦ ਜਿਹੜੀਆਂ ਗੱਲਾਂ ਸ਼ਾਇਦ ਬਹੁਤੀ ਵਾਰੀ ਸਾਹਮਣੇ ਵੀ ਨਹੀਂ ਆਉਂਦੀਆਂ, ਔਰ ਅੱਜ ਤੁਹਾਨੂੰ ਕੁਦਰਤ ਨੇ, ਵਕਤ ਨੇ, ਰੋਕੋ ਕੈਂਸਰ ਸੰਸਥਾ ਨੇ ਇਹ ਮੌਕਾ ਦਿੱਤਾ ਹੈ, ਤੁਹਾਨੂੰ ਇੱਕ ਸਟੇਜ ਮੁਹੱਈਆ ਕਰਾਈ ਹੈ, ਔਰ ਤੁਸੀਂ ਹੁਣ ਵਿਸ਼ਵ ਭਾਰ ਦੇ ਵਿੱਚ ਵਿਚਰਨਾ ਆ, ਇੱਕ ਅੰਬੈਸਡਰ ਦੇ ਤੌਰ 'ਤੇ, ਇੱਕ ਡਾਇਰੈਕਟਰ ਦੇ ਤੌਰ 'ਤੇ, ਇੱਕ ਸੁਨੇਹਾ ਲੈ ਕੇ ਜਾਣਾ ਲੋਕਾਂ ਦੇ ਵਾਸਤੇ, ਅਤੇ ਮੀਡੀਆ ਪੰਜਾਬ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਤਾਂ ਜੋ ਲੋਕ ਜਿਹੜੇ ਨੇ ਉਹ ਇਸ ਨਾ ਮੁਰਾਦ ਔਰ ਘਾਤਕ ਬਿਮਾਰੀ ਤੋਂ ਆਪਣੇ ਆਪ ਨੂੰ ਬਚਾ ਸਕਣ ਔਰ ਤੁਹਾਡੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹ ਸਫਲ ਹੋ ਸਕੇ? ਦੇਖੋ ਚਲੋ ਜੋ ਅਹੁਦਾ ਮੈਨੂੰ ਗਲੋਬਲ ਡਾਇਰੈਕਟਰ ਦਾ ਦੇਤਾ ਜੀ, ਬਹੁਤ ਧੰਨਵਾਦੀ ਹੈ ਵੀ ਉਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਆਪਣੇ ਚਾਵਲਾ ਸਾਹਿਬ ਨੇ। ਗੱਲ ਇੰਨੀ ਹੈ ਵੀ ਕਿਸੇ ਫਿਲਮ ਦਾ ਸ਼ੇਅਰ ਮੈਨੂੰ ਫੇਰ ਚੇਤੇ ਆਇਆ ਦਾ ਵੀ ਕਿ ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੂਮ ਕਬ ਬਦਲੇ ਵਕਤ ਕਾ ਮਿਜ਼ਾਜ, ਵਕਤ ਦਾ ਮਿਜ਼ਾਜ ਕਦੋਂ ਬਦਲ ਜਾਣਾ ਇਹ ਨਹੀਂ ਪਤਾ ਜੀ। ਮੇਰੀ ਉਹੀ ਇੱਕੋ ਇੱਕ ਬੇਨਤੀ ਹੈ ਵੀ ਮੈਂ ਕੋਈ ਡਾਇਰੈਕਟਰ ਨਹੀਂ, ਮੈਂ ਕੋਈ ਅੰਬੈਸਡਰ ਨਹੀਂ, ਮੈਂ ਕੋਈ ਕੁਛ ਨਹੀਂ, ਮੈਂ ਤਾਂ ਸਿਰਫ ਇੱਕ ਲੋਕਾਂ ਦਾ ਅੱਗੇ ਵੀ ਚੌਂਕੀਦਾਰ ਬਣ ਕੇ ਤੁਰਿਆ ਅਤੇ ਹੁਣ ਵੀ ਉਹੀ ਚੌਂਕੀਦਾਰ ਬਣ ਕੇ ਤੁਰੂੰਗਾ। ਜਿਵੇਂ ਉਹ ਗੱਲ ਚੱਲਦੀ ਹੁੰਦੀ ਸੀ ਵੀ ਜੱਗੀ ਕੁਸਰ ਨੂੰ ਲੈ ਕੇ ਆਓ ਅਸੀਂ ਸਨਮਾਨਿਤ ਕਰਨਾ, ਮੈਂ ਕਹਿਣਾ ਵੀ ਤੁਸੀਂ ਕਹਿਤਾ ਮੈਂ ਸਨਮਾਨਿਤ ਹੋ ਗਿਆ, ਮੈਨੂੰ ਕਿਸੇ ਮਾਣ ਸਨਮਾਨ ਦੀ ਲੋੜ ਨਹੀਂ। ਇੱਕ ਵੀ ਬੰਦਾ ਉੱਠ ਕੇ ਕਹਿੰਦੇ ਵੀ ਮੈਂ ਅੱਜ ਤੱਕ ਕਿਸੇ ਤੋਂ ਸਨਮਾਨ ਮੰਗਿਆ, ਹਾਲਾਂਕਿ ਮੇਰਾ ਦੁਨੀਆ ਬਹੁਤ ਗੁੱਸੇ ਹੋਏ ਵੀ ਤੂੰ ਸਾਡੇ ਕੋਲ ਆਉਂਦਾ ਨਹੀਂ, ਮਾਣ ਸਨਮਾਨ ਨਹੀਂ ਲੈਂਦਾ। ਪਰਸੋਂ ਗੱਲ ਚੱਲਦੀ ਸੀ ਕਹਿੰਦੇ ਜੀ ਉਹ ਚਾਵਲਾ ਸਾਹਿਬ ਨੂੰ ਸਾਡੇ ਪੁਰਾਣੇ ਬੇਲੀ ਕਹਿੰਦੇ ਸ਼ੁਕਰ ਹੈ ਤੁਸੀਂ ਇਹਨੂੰ ਗਲੋਬਲ ਡਾਇਰੈਕਟਰ ਬਣਾਇਆ ਤਾਂ ਸਾਨੂੰ ਇਹਦੇ ਦਰਸ਼ਨ ਨਸੀਬ ਹੋਏ, ਕਹਿੰਦੇ ਨਹੀਂ ਤਾਂ ਅਸੀਂ ਗਾਲਾਂ ਕੱਢਦੇ ਸੀ ਸਾਡੇ ਕੋਲ ਆਉਂਦਾ ਹੀ ਨਹੀਂ ਸੀ ਵੀ ਬਹੁਤ ਵੱਡਾ ਬੰਦਾ। ਅਤੇ ਉਹ ਕਹਿਣ ਦਾ ਮਤਲਬ ਇਹ, ਮੈਂ ਉਹੀ ਸੁਨੇਹਾ ਫੇਰ ਯੂਰਪ ਭਰ ਵਿੱਚ ਬੈਠੀਆਂ ਸੰਗਤਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ, ਬਲਦੇਵ ਸਿੰਘ ਬਾਜਵਾ ਮੀਡੀਆ ਪੰਜਾਬ ਵਾਲੇ ਬੈਠੇ ਆ, ਸਾਡੇ ਤੱਕ ਪਹੁੰਚ ਕਰੋ, ਮੀਡੀਆ ਪੰਜਾਬ ਤੱਕ ਪਹੁੰਚ ਕਰੋ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੈਂਪ ਲਗਵਾਓ। ਜੇ ਤੁਸੀਂ ਕਹਿੰਦੇ ਕੈਂਪ ਲੱਗ ਚੁੱਕੇ ਆ ਉਹ ਵੀ ਠੀਕ ਹੈ, ਪਰ ਜਿਹੜੇ ਬਾਰਡਰ ਏਰੀਏ ਦੇ ਵਿੱਚ ਲੋਕ ਬੈਠੇ ਆ, ਬਾਰਡਰਾਂ 'ਤੇ ਪਾਸੇ ਲੋਕ ਬੈਠੇ ਆ, ਖੇਮ ਕਰਨ ਪੱਟੀ ਜਾਂ ਆਪਣੇ ਫਾਜ਼ਿਲਕਾ ਸਾਈਡ, ਉਹਨਾਂ ਦੀ ਸਾਰ ਵੀ ਲਓ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਇੱਕ ਬਿਹਤਰੀਨ ਸੇਵਾ। ਬਿਲਕੁਲ, ਅਤੇ ਜੇ ਉਹ ਸੇਵਾ ਕਰਾਂਗੇ, ਉਹ ਜਿਵੇਂ ਆਪਣੇ ਗੁਰੂਆਂ ਨੂੰ ਵੀ ਕਿਹਾ, ਗੁਰੂਆਂ ਨੇ ਵੀ ਕਿਹਾ ਵੀ ਭੁੱਖੇ ਦਾ ਮੂੰਹ ਗੁਰੂ ਦੀ ਗੋਲਕ ਹੈ। ਬਿਲਕੁਲ ਜੀ, ਉਹ ਗੱਲ ਹੈ ਵੀ ਅੱਜ ਤੱਕ ਜੇ ਕਿਸੇ ਦਾ ਕੋਈ ਲਾਚਾਰ ਬੀਬੀ ਜਾਂ ਭਰਾ ਕੋਈ ਇਲਾਜ ਨਹੀਂ ਕਰਾ ਸਕਦਾ, ਜੇ ਅਸੀਂ ਹੁਣ ਉਹਨਾਂ ਦਾ ਇਲਾਜ ਵੀ ਮਤਲਬ ਅੱਗੇ ਜਾ ਕੇ ਹੋ ਜੇ ਜਾਂ ਉਹਨਾਂ ਨੂੰ ਅਵੇਅਰ ਕਰਕੇ ਅੱਗੇ ਤੁਰਿਆ ਜਾਵੇ ਵੀ ਇੱਧਰ ਜਾਓ ਆਹ ਤੁਹਾਡਾ ਰਸਤਾ ਹੈ, ਅਤੇ ਜਿਵੇਂ ਹੁਣ ਆਪਣੇ ਹੋਰ ਸੰਗਤਾਂ ਨੇ ਵੀ ਕਿਹਾ ਵੀ ਤੁਸੀਂ ਸਾਨੂੰ ਦੱਸਿਆ ਕਰੋ ਅਸੀਂ ਉਹਨਾਂ ਨੂੰ ਅਡੋਪਟ ਕਰਾਂਗੇ। ਮੈਂ ਇਹੀ ਗੱਲ ਕਹਿੰਦਾ ਵੀ ਆਪਦੇ ਪਿੰਡ ਜਿਹੜੇ ਤੁਸੀਂ ਅਡੋਪਟ ਕਰਨੇ ਆ ਉਹਨਾਂ ਨੂੰ ਅਪਣਾਉਣਾ ਉਹ ਤਾਂ ਵੱਖਰੀ ਗੱਲ ਹੈ, ਅਤੇ ਜਿਹੜੇ ਲਾਚਾਰ ਹੈ ਜਿਹਨਾਂ ਕੋਲ ਕੋਈ ਹੀਲਾ ਵਸੀਲਾ ਹੈ ਨਹੀਂ ਉਹਨਾਂ ਨੂੰ ਵੀ ਅਪਣਾਓ, ਉਹਨਾਂ ਦੀ ਵੀ ਮਦਦ ਕਰੋ, ਲੋੜਵੰਦਾਂ ਦੀ, ਲੋੜਵੰਦਾਂ ਦੀ ਭਰੇ ਭਾਂਡੇ ਦਾ ਜਿੰਨਾ ਮਰਜ਼ੀ ਭਰੀ ਜਾਓ ਉਹਦਾ ਫਾਇਦਾ ਕੋਈ ਨਹੀਂ। ਅਤੇ ਉਹ ਜੇ ਤੁਹਾਡੇ ਮੂੰਹ 'ਚ ਉਹਨਾਂ, ਮੈਂ ਇੱਕ ਨਾਵਲ ਦੇ ਵਿੱਚ ਗੱਲ ਲਿਖੀ ਸੀ ਵੀ ਜਦੋਂ ਤੁਸੀਂ ਕਿਸੇ ਨੂੰ ਅਸੀਸ ਦਿੰਦੇ ਹੋ ਤਾਂ ਤੁਸੀਂ ਬੋਲ ਕੇ ਦਿੰਦੇ ਹੋ, ਜਦੋਂ ਤੁਸੀਂ ਕਿਸੇ ਤੋਂ ਦਰਸੀਸ ਲੈਂਦੇ ਉਹ ਆਤਮਾ 'ਚੋਂ ਸਿੱਧੀ ਦਰਗਾਹ ਜਾਂਦੀ ਹੈ। ਸਹੀ ਗੱਲ, ਉਹ ਗੱਲ ਹੈ ਵੀ ਤੁਹਾਨੂੰ ਉਹ ਦੇਖ ਮਿਲਣ ਚਾਹੇ ਨਾ ਮਿਲਣ, ਅਤੇ ਪਰ ਇੱਕ ਗੱਲ ਮੈਂ ਹੋਰ ਸੁਨੇਹਾ ਦਿਉਂਗਾ, ਜਿੱਥੇ ਤੁਸੀਂ ਕੈਂਪ ਸਪੋਂਸਰ ਕਰਵਾਓ ਬਾਰਡਰ ਏਰੀਏ ਦੇ ਵਿੱਚ ਚਾਹੇ ਆਪਦੇ ਪਿੰਡ, ਉੱਥੇ ਜਾ ਕੇ ਕਿਰਪਾ ਕਰੋ ਉੱਥੇ ਹਾਜ਼ਰੀ ਦਿਓ, ਉੱਥੇ ਜਾ ਕੇ ਦੇਖੋ ਕੋਈ ਗਲਤੀ ਹੈ ਕੋਈ ਘਾਟ ਹੈ ਉਹ ਸਾਨੂੰ ਦੱਸੋ, ਕੋਈ ਤਰੁੱਟੀ ਹੈ ਉਹ ਵੀ ਦੱਸੋ, ਕਿਉਂਕਿ ਬੰਦਾ ਆਪਦੀਆਂ ਗਲਤੀਆਂ ਤੋਂ ਸਬਕ ਸਿੱਖਦਾ। ਸਾਡੇ ਤੱਕ ਪਹੁੰਚ ਕਰੋ, ਮੀਡੀਆ ਪੰਜਾਬ ਵਾਲੇ ਬਲਦੇਵ ਸਿੰਘ ਬਾਜਵਾ ਤੱਕ ਪਹੁੰਚ ਕਰੋ, ਜਿਵੇਂ ਵੀ ਹੁਣ ਤੁਹਾਨੂੰ ਅਸੀਂ ਸਕਰੀਨ 'ਤੇ ਆਪਣਾ ਨੰਬਰ ਵੀ ਦਿਖਾਵਾਂਗੇ, ਉਹ 24 ਘੰਟੇ ਸਾਨੂੰ ਫੋਨ ਕਰੋ, ਅਸੀਂ ਜੇ ਨਹੀਂ ਉਦੋਂ ਫੋਨ ਚੱਕ ਸਕਦੇ, ਕਦੇ ਕਈ ਵਾਰੀ ਬੰਦਾ ਮੀਟਿੰਗ ਦੇ ਵਿੱਚ ਹੁੰਦਾ
ਉਸ ਤੋਂ ਬਾਅਦ ਜਦੋਂ ਵੀ ਸਾਡਾ ਮਤਲਬ ਪਹਿਲੀ ਵੇਲ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਤੱਕ ਪਹੁੰਚ ਕਰਾਂਗੇ ਅਤੇ ਬਸ ਇਹ ਸਾਡਾ ਆਏ ਨਹੀਂ ਵੀ ਮੈਂ ਜਰਮਨ ਦੇ ਵਿੱਚ ਬੈਠ ਕੇ ਅੱਜ ਇੰਟਰਵਿਊ ਦੇ ਰਿਹਾ ਅਤੇ ਇਕੱਲੇ ਜਰਮਨ ਦੇ ਵਿੱਚੋਂ ਸਹਿਯੋਗ ਦੀ ਲੋੜ ਹੈ ਜਿੱਥੇ ਵੀ ਭੈਣ ਭਰਾ ਅਮੈਰੀਕਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਜਿੱਥੇ ਵੀ ਬੈਠੇ ਆ ਜਿਸ ਵੀ ਤਰ੍ਹਾਂ ਦਾ ਸਹਿਯੋਗ ਦੇ ਸਕਦੇ ਆ ਜਿਵੇਂ ਅਸੀਂ ਲੀਫਲੈਟ ਬਣਦੇ ਹਾਂ ਉਹ ਲੀਫ ਜੇ ਕੋਈ ਬਹੁਤਾ ਨਹੀਂ ਕਰ ਸਕਦਾ ਸਾਡਾ ਲੀਫਲੈਟ ਆਪਣਾ ਲੈ ਦਿਓ ਸਾਨੂੰ ਛੁਪਵਾ ਕੇ ਆਪਦਾ ਨਾਂ ਪਾ ਦਿਓ ਜੀ ਮੈਂ ਇੱਧਰ ਹੀ ਆਉਣ ਲੱਗੀ ਸੀ ਕਿ ਕੈਂਪ ਦਾ ਤਕਰੀਬਨ ਖਰਚਾ ਕਿੰਨਾ ਕੁ ਮਿਥਿਆ ਗਿਆ ਹੈ ਚਲੋ ਖਰਚਾ ਨਹੀਂ ਜਾਂ ਕਿੰਨੀ ਕੁ ਕੋਈ ਦਾਨ ਦੀ ਰਾਸ਼ੀ ਜਿਹੜੀ ਹੈ ਮਿਨੀਮਮ ਜਾਂ ਦੇ ਸਕਦਾ ਜੇ ਕੋਈ ਕਈ ਵਾਰੀ ਹੁੰਦੀ ਸ਼ਰਧਾ ਬੜੀ ਹੁੰਦੀ ਹੈ ਲੇਕਿਨ ਇੱਥੇ ਵੀ ਤੁਹਾਨੂੰ ਪਤਾ ਹਾਲਾਤ ਕਿਹੋ ਜਿਹੇ ਦਿਨ ਬ ਦਿਨ ਬਣਦੇ ਜਾ ਰਹੇ ਆ ਅਤੇ ਕਈ ਵਾਰੀ ਕਿਸੇ ਭੈਣ ਭਾਈ ਦਿਲ ਵਿੱਚ ਹੁੰਦੀ ਹੈ ਵੀ ਮੇਰੇ ਕੋਲ ਤਾਂ ਆ ਥੋੜ੍ਹੇ ਪੈਸੇ ਨੇ ਜਾਂ ਉਹ ਗੱਲ ਨਹੀਂ ਕਰਦਾ ਅਤੇ ਕੀ ਕੋਈ ਜਿਹੜਾ ਵੀ ਕੋਈ ਵੀ ਮੈਂ ਅੱਗੇ ਵੀ ਗੱਲ ਕਹਿ ਕੇ ਹਟਿਆ ਜੀ ਬਈ ਜੇ ਇੱਕ ਪਿੰਡ ਦੇ ਜੇ ਚਾਹੇ ਪੰਜ ਬੰਦੇ ਬਾਹਰ ਹੈ ਸਾਡਾ 500 ਪਾਉਂਡ ਤੇ ਜਾਂ 50,000 ਰੁਪਈਆ ਤਕਰੀਬਨ ਖਰਚਾ ਆਉਂਦਾ ਤੇ ਜੇ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਜਿਵੇਂ ਹੁਣ ਤੁਸੀਂ ਦਸਵੰਧ ਕੱਢੋ ਤੁਸੀਂ ਸਾਨੂੰ ਅੱਧਾ ਦਿਓ ਨਾ ਅਸੀਂ ਇਹ ਕਹਿੰਦੇ ਵੀ ਚਾਹੇ ਇੱਕ ਪਿੰਡ ਦੇ ਪੰਜ ਬੰਦੇ ਇਕੱਠੇ ਹੋ ਕੇ ਕੈਂਪ ਦਿਓ ਹਾਂ ਗੱਲ ਇਹ ਵੀ ਲੋਕਾਂ ਤੱਕ ਪਹੁੰਚਣਾ ਚਾਹੀਦਾ ਜੇ ਕਿਸੇ ਕੋਲ ਨਹੀਂ ਜੇ ਕੋਈ ਕਹਿੰਦਾ ਹਾਂਜੀ ਸਾਡੇ ਕੋਲ ਤਾਂ 30,000 ਰੁਪਈਆ ਹੀ ਹੈ ਜਾਂ 25 ਹੈ ਮੈਂ ਉਹਨਾਂ ਨੂੰ ਇਹੀ ਗੱਲ ਇਹੀ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਤੁਸੀਂ ਸਾਡੇ ਤੱਕ ਪਹੁੰਚ ਕਰੋ ਜਿਹੜੇ ਥੁੜਦੇ ਹੋਏ ਅਸੀਂ ਹੋਰ ਸੰਗਤ ਨੂੰ ਆਵਾਜ਼ ਮਾਰ ਕੇ ਤੁਹਾਡੇ ਪੂਰੇ ਕਰਕੇ ਤੁਹਾਡੇ ਤੁਹਾਡਾ ਕੈਂਪ ਲਾਵਾਂਗੇ ਇਹ ਨਹੀਂ ਵੀ ਤੁਹਾਡੇ ਕੋਲ 25,000 ਹੈ ਅਤੇ ਅਸੀਂ ਕਹਾਂਗੇ ਜੇ ਨਹੀਂ ਤੁਹਾਡੇ ਕੋਲ ਪੈਸੇ ਘੱਟ ਹੈ ਅਤੇ ਅਸੀਂ ਕੈਂਪ ਨਹੀਂ ਲਾਉਣਾ ਕੈਂਪ ਅਸੀਂ ਲਾਵਾਂਗੇ ਸਾਡੇ ਤੱਕ ਪਹੁੰਚ ਤਾਂ ਕਰੋ ਨਾ ਜਿਹੜੇ ਥੁੜਦੇ ਹੋਏ ਉਹ ਅਸੀਂ ਜਿੱਥੋਂ ਮਰਜ਼ੀ ਪੈਦਾ ਕਰੀਏ ਜਾਂ ਕਰਵਾਈਏ ਕਿਉਂਕਿ ਅਸੀਂ ਵੀ ਹੁਣ ਬੇਨਤੀ ਆਪਣੇ ਸੰਗਤ ਨੂੰ ਹੀ ਕਰਨੀ ਹੈ ਅਤੇ ਆਪਣਾ ਸੰਗਤ ਤੋਂ ਜਿੱਥੇ ਵੀ ਜਿੰਨਾ ਵੀ ਕੋਈ ਕੈਂਪ ਦਾ ਮਤਲਬ ਕੋਈ ਪੈਸਾ ਘੱਟਦਾ ਹੋਇਆ ਉਹ ਅਸੀਂ ਆਪ ਪੂਰਾ ਕਰਕੇ ਜਾਂ ਕਿਸੇ ਹੋਰ ਆਪਣੇ ਭੈਣ ਭਰਾ ਨੂੰ ਬੇਨਤੀ ਕਰਕੇ ਉਹ ਪੂਰੇ ਕਰਵਾ ਕੇ ਅਸੀਂ ਕੈਂਪ ਜ਼ਰੂਰ ਲਾਵਾਂਗੇ ਕੈਂਪ ਨਹੀਂ ਛੱਡਦੇ ਅਸੀਂ ਇੱਕ ਵਾਰੀ ਸਾਡੇ ਤੱਕ ਪਹੁੰਚ ਕਰੋ ਠੀਕ ਹੈ ਜੀ ਗੱਲ ਇਹ ਹੈ ਕਿ ਜਿੱਥੇ ਜ਼ਰੂਰਤ ਹੈ ਲੋੜਵੰਦ ਹੈ ਜਦੋਂ ਵੀ ਉਹ ਪਹੁੰਚ ਕਰਨਗੇ ਤੁਹਾਨੂੰ ਟੈਲੀਫੋਨ ਦੇ ਜ਼ਰੀਏ ਜਾਂ ਕਿਸੇ ਵੀ ਈਮੇਲ ਦੇ ਜ਼ਰੀਏ ਜੇਕਰ ਤੁਸੀਂ ਰੋਕੋ ਕੈਂਸਰ ਸੰਸਥਾ ਨੂੰ ਜਿਵ ਚਰਨ ਜੱਗੀ ਕੁਲਸਾ ਨੂੰ ਮੀਡੀਆ ਪੰਜਾਬ 'ਤੇ ਜੇਕਰ ਤੁਸੀਂ ਅਪਰੋਚ ਕਰਦੇ ਹੋ ਪਹੁੰਚ ਕਰਦੇ ਹੋ ਤਾਂ ਯਤਨ ਕੀਤਾ ਜਾਏਗਾ ਕਿ ਜਿੱਥੇ ਜ਼ਰੂਰਤ ਹੈ ਉੱਥੇ ਇਸ ਕੈਂਪ ਨੂੰ ਲਗਾਇਆ ਜਾਏ ਔਰ ਵੱਧ ਤੋਂ ਵੱਧ ਜਿਹੜੀ ਆਪਣੇ ਲੋਕਾਂ ਦੀ ਮਦਦ ਕੀਤੀ ਜਾਏਗਾ ਕਿ ਜੱਗੀ ਜੀ ਸੰਸਥਾ ਹੈ ਲੋਕ ਭਲਾਈ ਦੀ ਲੋਕਾਂ ਵਾਸਤੇ ਅਤੇ ਲੋਕਾਂ ਵਾਸਤੇ ਜਦੋਂ ਕੰਮ ਕਰਨਾ ਹੈ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਹੋਣ ਬਿਲਕੁਲ ਜੀ ਬਿਲਕੁਲ ਉਤੋਂ ਤੋਂ ਬਾਅਦ ਜੋ ਅਸਾਂ ਸਿੱਖਣੇ ਮੈਂ ਉਹੀ ਇੱਕੋ ਗੱਲ ਇੱਕ ਗੱਲ ਮੇਰੇ ਹੋਰ ਮੈਂ ਜ਼ਰੂਰ ਕਹਿਣੀ ਚਾਹੂੰਗਾ ਜੀ ਜਿਹੜਾ ਉਹ ਸਾਡਾ ਅਵਨੀਸ਼ ਹੈ ਆਪਣੇ ਕੋਆਰਡੀਨੇਟਰ ਪੰਜਾਬ ਦੇ ਵਿੱਚ ਜੀ ਜੀ ਸੁਧਾ ਜੀ ਸਾਡੇ ਦਿੱਲੀ ਦੇ ਡਾਇਰੈਕਟਰ ਹੈ ਉਹਨਾਂ ਨਾਲ ਇਹ ਗੱਲ ਹੋਈ ਮੈਨੂੰ ਹੋਰ ਵੀ ਪਿੰਡਾਂ 'ਚੋਂ ਪਤਾ ਲੱਗਿਆ ਪਿੰਡਾਂ 'ਚ ਕੈਂਪ ਲੱਗ ਜਾਂਦੇ ਆ ਅੱਛਾ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਉਹ ਡਰਦੀਆਂ ਜਾਂਚ ਹੀ ਨਹੀਂ ਕਰਵਾਉਣ ਆਉਂਦੀਆਂ ਹਊਆ ਬੜਾ ਬਣਿਆ ਵਾ ਨਹੀਂ ਭਾਈ ਵਹਿਮ ਪਾ ਦਿੰਦੇ ਆ ਆਏ ਨਾ ਹੋ ਜੇ ਉਹ ਕਹਿਣ ਦਾ ਮਤਲਬ ਹੈ ਵੀ ਜੇ ਕੁਛ ਹੋਇਆ ਉਹਦਾ ਹੱਲ ਵੀ ਹੈ ਕੋਈ ਇਹ ਨਹੀਂ ਵੀ ਤੁਹਾਨੂੰ ਅਸੀਂ ਜਾਂਚ ਕਰਕੇ ਤੇ ਉੱਥੇ ਖੜੇ ਕਰਕੇ ਛੱਡ ਕੇ ਭੱਜਾਂਗੇ ਨਾ 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 ਇਹ ਵੀ ਨਹੀਂ ਤੁਸੀਂ ਇੱਕ ਵਾਰੀ ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਆਪਣੇ NRI ਭੈਣ ਹੈ ਭਰਾ ਹੈ ਮਾਤਾਵਾਂ ਹੈ ਉਹ ਕੈਂਪ ਲਗਵਾਉਂਦੀਆਂ ਵੀ ਸਾਡੇ ਪਿੰਡ ਦਾ ਭਲਾ ਹੋਵੇ ਹੁਣ ਪਿੰਡ ਦੇ ਵਿੱਚ ਗੰਗਾ ਵਗਦੀ ਹੈ ਚਲੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਗੰਗਾ ਨਾਲ ਤਾਂ ਮੈਂ ਨਹੀਂ ਕੰਪੇਅਰ ਕਰ ਸਕਦਾ ਵੀ ਪਿੰਡ ਦੇ ਵਿੱਚ ਕੈਂਪ ਲੱਗਿਆ ਵਾ ਤੁਹਾਡੀ ਜਾਂਚ ਵਾਸਤੇ ਯਤਨ ਹੋ ਰਹੇ ਹੈ ਸਾਰੀ ਟੀਮ ਤਿਆਰ ਬੈਠੀ ਹੈ ਬੀਬੀਆਂ ਘਰੋਂ ਨਹੀਂ ਨਿਕਲਦੀਆਂ ਬੀਬੀਆਂ ਘਰੋਂ ਇਸ ਡਰ ਕਰਕੇ ਨਹੀਂ ਨਿਕਲੀਆਂ ਹਾਏ ਮੈਨੂੰ ਉਹ ਹੋਵੇ ਨਾ ਹਾਂ ਜੇ ਹੋਵੇ ਤੇ ਦੱਸੋ ਜੇ ਹੋਇਆ ਤੇ ਅੰਦਰ ਬੈਠੇ ਨੂੰ ਤੁਹਾਨੂੰ ਕਿਹੜਾ ਛੱਡ ਦੂ ਉਹ ਵੀ ਤੁਸੀਂ ਕਰੋ ਕਿਰਪਾ ਹਿੰਮਤ ਕਰੋ ਹੌਸਲਾ ਰੱਖੋ ਇਸ ਬਿਮਾਰੀ ਨਾਲ ਸਭ ਤੋਂ ਪਹਿਲਾਂ ਤਾਂ ਲੜਨ ਦਾ ਹੌਸਲਾ ਰੱਖੋ ਜੀ ਬਿਲਕੁਲ ਮੈਂ ਐਡੇ ਐਡੇ ਬੰਦੇ ਦੇਖੇ ਆ ਜਿਹਨਾਂ ਨੂੰ ਵੱਡੀਆਂ ਵੱਡੀਆਂ ਘਾਤਕ ਬਿਮਾਰੀਆਂ ਸੀ ਠੀਕ ਹੈ ਉਹਨਾਂ ਨੇ ਆਪਣੀ ਹਿੰਮਤ ਨਹੀਂ ਛੱਡੀ ਲੜੇ ਤੇ ਲੜ ਕੇ ਬਿਮਾਰੀ ਨੂੰ ਹਰਾਇਆ ਸਾਡੇ ਕੋਲ ਕੇਸ ਹੈਗੇ ਆ ਕਦੇ ਲਿਆ ਕੇ ਮੀਡੀਆ ਪੰਜਾਬ ਦੇ ਦਫ਼ਤਰ ਜਾਂ ਤੁਹਾਡੇ ਸਟੂਡੀਓ ਦੇ ਵਿੱਚ ਪੇਸ਼ ਵੀ ਕਰਾਂਗੇ ਉਹਨਾਂ ਦੀਆਂ ਜਿਹੜੀਆਂ ਇੰਟਰਵਿਊ ਆ ਠੀਕ ਹੈ ਆਪਣਾ ਮੀਡੀਆ ਪੰਜਾਬ TV ਨੂੰ ਵੀ ਦੇਵਾਂਗੇ ਠੀਕ ਹੈ ਉਹ ਤੁਹਾਨੂੰ ਸਾਹਮਣੇ ਇਸ ਕਰਕੇ ਲੈ ਕੇ ਆਵਾਂਗੇ ਵੀ ਇਸ ਬੀਬੀ ਦਾ ਇਲਾਜ ਪਹਿਲੀ ਸਟੇਜ ਤੇ ਸਾਨੂੰ ਪਤਾ ਲੱਗ ਗਿਆ ਇਸ ਬੀਬੀ ਦਾ ਇਲਾਜ 7800 ਰੁਪਈਏ ਚ ਹੋਇਆ ਵਾ ਬਿਲਕੁਲ ਸਹੀ ਗੱਲ ਕਿਸੇ ਗੱਲੋਂ ਡਰੋ ਨਾ ਕਿਸੇ ਗੱਲੋਂ ਘਬਰਾਓ ਨਾ ਗੁਰੂ ਮਹਾਰਾਜ ਕਿਰਪਾ ਕਰਨ ਰੋਕੋ ਕੈਂਸਰ ਸੰਸਥਾ ਬੈਠੀ ਹੈ ਤੁਸੀਂ ਇੱਕ ਵਾਰੀ ਸਾਡੇ ਤੱਕ ਪਹੁੰਚ ਤਾਂ ਕਰੋ ਤੁਸੀਂ ਭਲਾ ਭਲੇ ਦਾ ਕੰਮ ਕਰੋਗੇ ਜਿਵੇਂ ਕਹਿੰਦੇ ਹੁੰਦੇ ਵੀ ਤੁਸੀਂ ਗੁਰੂ ਵੱਲ ਇੱਕ ਕਦਮ ਚੱਲ ਕੇ ਜਾਂਦੇ ਹੋ ਤੇ ਗੁਰੂ 10 ਕਦਮ ਚੱਲ ਕੇ ਤੁਹਾਡੇ ਵੱਲ ਨੂੰ ਆਉਂਦਾ ਉਹ ਗੱਲ ਵੀ ਤੁਸੀਂ ਸਾਡੇ ਵੱਲ ਇੱਕ ਕਦਮ ਵਧਾਓ ਅਸੀਂ 100 ਕਦਮ ਤੁਹਾਡੇ ਵੱਲ ਭੱਜ ਕੇ ਆਵਾਂਗੇ ਅਸੀਂ ਤਾਂ ਤੁਹਾਡੇ ਚੌਂਕੀਦਾਰ ਹਾਂ ਝੰਡਾ ਬਰਦਾਰ ਅਸੀਂ ਪੰਜਾਬੀ ਪੰਜਾਬੀ ਦੇ ਪੰਜਾਬੀਅਤ ਦੇ ਅਤੇ ਪੰਜਾਬ ਦੇ ਅਤੇ ਅਸੀਂ ਤਾਂ ਤੁਹਾਡੇ ਚੌਂਕੀਦਾਰ ਹਾਂ ਤੁਸੀਂ ਸਾਡੇ ਵੱਲ ਇੱਕ ਕਦਮ ਵਧਾਓ ਅਸੀਂ ਤਾਂ 100 ਕੀ 1000
ਕੱਲ ਨੂੰ ਤੁਹਾਡੇ ਵੱਲ ਭੱਜ ਕੇ ਤੁਹਾਨੂੰ ਆ ਕੇ ਆਪਣਾ ਮਿਲਾਂਗੇ। ਬਸ ਤੁਹਾਡੇ ਸਹਿਯੋਗ ਬਿਨਾਂ ਅਸੀਂ ਸਿੱਖਣੇ ਆ, ਕਰੋ ਕਿਰਪਾ ਸਾਨੂੰ ਸਹਿਯੋਗ ਬਖਸ਼ਿਸ਼ ਕਰੋ। ਬਿਲਕੁਲ ਜੀ, ਤੁਹਾਡੀਆਂ ਗੱਲਾਂ ਵਿੱਚ ਆਖਰੀ ਗੱਲ ਜਿਹੜੀ ਹੋਰ ਨੋਟ ਦੇ ਵਿੱਚ ਆਈ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀਆਂ ਟੀਮਾਂ ਜਿਹੜੀਆਂ ਨੇ ਉਹ ਪੰਜਾਬ ਨਹੀਂ ਮਤਲਬ ਹਿੰਦੁਸਤਾਨ ਭਰ ਦੇ ਵਿੱਚ ਯਤਨ ਕਰ ਰਹੀਆਂ ਨੇ, ਔਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਇੱਕ ਟੀਮ ਵਰਕ ਹੈ ਔਰ ਇਸ ਦੇ ਵਿੱਚ ਪੂਰੀ ਟੀਮ ਦੀ ਸ਼ਮੂਲੀਅਤ ਹੈ, ਭਾਵੇਂ ਬਹੁਤ ਸਾਰੇ ਟੀਮ ਮੈਂਬਰਸ ਦੇ ਨਾਂ ਨਹੀਂ ਲਏ ਜਾ ਸਕਦੇ ਇੱਕ ਸਮੇਂ ਦੇ ਵਿੱਚ, ਜੇ ਉਹ ਟੀਮ ਦਿੱਲੀ 'ਚ ਬੈਠੀ ਹੈ, ਜੰਮੂ ਕਸ਼ਮੀਰ 'ਚ ਬੈਠੀ ਹੈ, ਜਾਂ ਉਹ ਮੇਘਾਲਿਆ ਜਾਂ ਇੱਧਰ ਵਾਲੀਆਂ ਸਟੇਟਸ ਦੇ ਵਿੱਚ ਬੈਠੇ ਨੇ, ਉਹਨਾਂ ਸਾਰਿਆਂ ਦੇ ਵੀ ਕਿਸ ਤਰ੍ਹਾਂ ਦੇ ਸੁਹਿਰਦ ਯਤਨ ਹੈਗੇ ਨੇ ਇਸ ਬਿਮਾਰੀ ਪ੍ਰਤੀ? ਚਾਵਲਾ ਸਾਹਿਬ ਨੂੰ ਹਰ ਦੂਜੇ ਹਫ਼ਤੇ, ਸ਼ਾਇਦ ਹੁਣ ਜੇ ਮੈਂ ਗਲਤ ਨਾ ਬੋਲ ਜਾਂ, ਸ਼ਾਇਦ ਦੂਜੇ ਹਫ਼ਤੇ ਇੱਕ ਰਿਪੋਰਟ ਆਉਂਦੀ ਹੈ। ਠੀਕ ਹੈ। ਚਾਵਲਾ ਸਾਹਿਬ ਹਰ ਰੋਜ਼, ਇਹਨਾਂ ਨੇ ਤਕਰੀਬਨ 4-4:30 ਵਜੇ ਉੱਠਣਾ। ਠੀਕ ਹੈ। ਇਹਨਾਂ ਦਾ ਕੰਮ ਹੈ ਵੀ ਚਾਹ ਪੀਂਦੇ ਰਹਿੰਦੇ, 5-7 ਇਹਨਾਂ ਨੇ ਫੋਨ ਕਰਨੇ ਕਰਨੇ। ਠੀਕ ਹੈ। ਚਲੋ ਪਰਿਵਾਰ, ਮੈਨੂੰ ਮੈਂ ਤਾਂ ਵੀ ਪਰਿਵਾਰ ਵੀ ਖੇਚਦਾ ਹੋਊਗਾ ਵੀ ਤੁਸੀਂ ਚਾਹ ਤਾਂ ਪੀ ਲਓ, ਪਰ ਇਹਨਾਂ ਦਾ ਸੁਭਾਅ ਹੀ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣਨੀ ਜੀ। ਫਿਰ ਜੋ ਈਮੇਲ ਆਈਆਂ ਇਹਨਾਂ ਨੇ ਆਪ ਚੈੱਕ ਕਰਨੀ, ਹੁਣ ਤਕਰੀਬਨ 80 ਸਾਲ ਦੀ ਇਹਨਾਂ ਦੀ ਨੀਅਰਲੀ ਉਮਰ ਹੈ, ਅਤੇ ਉਹ ਸਾਰੀਆਂ ਜਿਹੜਾ ਮਤਲਬ ਟੀਮਾਂ ਦੀ ਜਿਹੜੀ ਰਿਪੋਰਟ ਆ, ਸੁਧਾ ਜੀ ਬੈਠੇ ਸਾਡੇ ਡਾਇਰੈਕਟਰ ਦਿੱਲੀ ਦੇ ਵਿੱਚ, ਉਹਨਾਂ ਰਿਪੋਰਟ ਜਾਂਦੀ ਹੈ। ਠੀਕ ਹੈ। ਸਾਡੇ ਆਪਣੇ ਅਵਨੀਸ਼ ਹੈ ਆਪਣੇ ਪੰਜਾਬ ਦੇ ਕੋਆਰਡੀਨੇਟਰ, ਉਹਨਾਂ ਦੀ ਰਿਪੋਰਟ ਸਾਰੀ ਦਿੱਲੀ ਨੂੰ ਆਉਂਦੀ ਹੈ, ਦਿੱਲੀਓ ਰਿਪੋਰਟ ਸਾਨੂੰ ਆਉਂਦੀ ਹੈ। ਠੀਕ ਹੈ। ਉਹ ਇੱਕ ਜਿਹੜੀ ਰਿਪੋਰਟ ਆ ਉਹ ਮੇਰੀ ਮੇਜ਼ 'ਤੇ ਆ ਜਾਂਦੀ ਹੈ, ਪਹਿਲਾਂ ਚਾਵਲਾ ਸਾਹਿਬ ਕੋਲ ਚਲੀ ਜਾਂਦੀ ਹੈ। ਠੀਕ ਹੈ। ਉਹ ਸਾਰਾ ਜਿਹੜਾ ਸਹਿਯੋਗ ਆ ਦੱਸਿਆ ਜਾਂਦਾ, ਇੱਥੇ ਕੈਂਪ ਲੱਗੇ, ਇੰਨੇ ਮਰੀਜ਼ਾਂ ਦੀ ਚੈੱਕਅਪ ਹੋਈ ਅਤੇ ਇੰਨੇ ਜੀ ਪੋਜ਼ੀਟਿਵ ਹੈ, ਉਹਨਾਂ ਵਾਸਤੇ ਕੀ ਕੀਤਾ ਗਿਆ ਵਗੈਰਾ ਵਗੈਰਾ ਵਗੈਰਾ। ਅਤੇ ਉਹ ਕਹਿਣ ਦਾ ਮਤਲਬ ਹੁਣ ਇਹ ਹੈ ਬਈ, ਤੁਹਾਨੂੰ ਮੈਂ ਅੱਗੇ ਵੀ ਕਹਿ ਚੁੱਕਿਆ ਬਈ, ਅਸੀਂ ਇਹ ਨਹੀਂ ਕਰਦੇ ਵੀ ਹਾਂ ਜੀ ਕੈਂਪ ਲਾ ਲਿਆ, ਉੱਧਰੋਂ NRI ਭਰਾ ਖੁਸ਼ ਹੋ ਗਏ ਅਤੇ ਉੱਧਰ ਅਸੀਂ ਵੀ ਖੁਸ਼ ਹਾਂ, ਸਾਡਾ ਅਸੀਂ ਮਤਲਬ ਇੰਨਾ ਕੁ ਕੰਮ ਕਰਕੇ ਸੁਰਖੁਰ ਹੋ ਗਏ। ਨਹੀਂ, ਉੱਥੇ ਕੰਮ ਹੁਣ ਨਹੀਂ ਛੱਡਣਾ ਜੀ, ਉੱਥੇ ਕੰਮ ਨਹੀਂ ਛੱਡਣਾ। ਹੁਣ ਮੈਂ ਚਾਵਲਾ ਸਾਹਿਬ ਨੂੰ ਕਿਹਾ ਸੀ, ਚਲੋ ਹੁਣ ਤੱਕ 11 ਸਾਲਾਂ ਦੇ ਵਿੱਚ ਜਾਂ ਜੋ ਕੁਛ ਵੀ ਕੈਂਪ ਲੱਗ ਗਏ, ਉਹ ਕੰਮ ਨਹੀਂ ਹੁਣ ਆਪਾਂ ਤੋਂ, ਉਹ ਤੋਂ ਨਾਲ ਦੀ ਨਾਲ ਅੱਗੇ ਵੀ ਤੁਰਨਾ, ਤੁਰਨਾ ਸਹਿਯੋਗ ਨਾਲ, ਜਿਹਨੂੰ ਅਸੀਂ ਹਾਕ ਮਾਰੀ ਆ ਜਰਮਨੀ ਦੇ ਵਿੱਚ। ਬਾਜਵਾ ਸਾਹਿਬ 4 ਦਿਨ ਹੋ ਗਏ ਸਾਡੇ ਨਾਲ ਭੱਜੇ ਫਿਰਦਾ ਇਹਨੂੰ, 1-1 ਵਜੇ ਰਾਤ ਨੂੰ, 2:30 ਵਜੇ ਪਰਸੋਂ ਅਸੀਂ ਰਾਤ ਨੂੰ ਘਰੇ ਵੜੇ ਹਾਂ। ਉਹ ਕਹਿਣ ਦਾ ਮਤਲਬ ਉਹ ਅਸੀਂ ਮਤਲਬ ਹੁਣ ਸਾਰਾ ਜਿਹੜਾ ਟੀਮ ਵਰਕ ਕਰਕੇ ਉਹ ਲਿਆ ਕੇ ਸੰਗਤ ਦੇ ਅੱਗੇ ਰੱਖ ਦੇਈਦਾ, ਜਾਂ ਜਿਹੜੇ ਪ੍ਰਬੰਧਕ ਹੈ, ਠੀਕ ਹੈ, ਜਾਂ ਜਿਹੜੇ ਆਗੂ ਆ ਜੀ, ਅਤੇ ਉਹਨਾਂ ਦੇ ਉਹ ਆਪਣਾ ਸਾਰੀ ਜਿਹੜੀ ਰਿਪੋਰਟ ਆ ਰੱਖ ਕੇ ਫਿਰ ਉਹਨਾਂ ਤੋਂ ਸਹਿਯੋਗ ਮੰਗੀ, ਦੱਸੋ ਸਾਨੂੰ ਕੀ ਕਰਨਾ ਚਾਹੀਦਾ। ਠੀਕ ਹੈ ਜੀ। ਇੱਕ ਜਾਂਦੇ ਜਾਂਦੇ ਹੋਰ ਸਵਾਲ, ਜਿਵੇਂ ਤੁਸੀਂ ਇੰਨਾ ਯਤਨ ਕਰ ਰਹੇ ਹੋ ਔਰ ਲੋਕ ਵੀ ਤੁਹਾਡੇ ਨਾਲ ਕਾਫਿਲਾ ਬਣ ਕੇ ਚੱਲ ਰਹੇ ਨੇ, ਤੁਸੀਂ ਕੋਈ ਉਮੀਦ ਕਰਦੇ ਹੋ ਕਿ ਹਿੰਦੁਸਤਾਨ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਇਹਨਾਂ ਯਤਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਆਪਣਾ ਰੋਲ ਨਿਭਾ ਰਹੀ ਹੈ ਜਾਂ ਆਉਣ ਵਾਲੇ ਸਮੇਂ 'ਚ ਨਿਭਾਉਣ ਦੀ ਹੈ, ਕੋਈ ਪ੍ਰੋਸੈਸ ਨਜ਼ਰ ਆਉਂਦਾ ਹੈ? ਮੈਂ ਤਾਂ ਇੱਕੋ ਗੱਲ ਕਹੂੰ, ਹੁਣ ਦੇਖੋ ਆਪਾਂ ਖਾਦਾਂ ਪਾ ਪਾ ਕੇ ਆਪਦਾ ਪਾਣੀ ਜ਼ਹਿਰੀਲਾ ਕਰ ਲਿਆ। ਬਿਲਕੁਲ। ਜੇ ਮੈਂ ਸਰਕਾਰਾਂ ਤੋਂ ਸੱਚੀ ਨਾ ਤਾਂ ਮੈਂ ਕੁਛ ਕਹਿਣਾ ਚਾਹੁੰਦਾ, ਉਹ ਤਾਂ ਜਿਵੇਂ ਜੰਗਲ ਨੂੰ ਲੱਗੀ ਸੀ ਅੱਗ ਅਤੇ ਚਿੜੀ ਚੁੰਝ ਭਰ ਭਰ ਪਾਣੀ ਪਾਈ ਜਾਂਦੀ ਸੀ, ਕਹਿੰਦੇ ਵੀ ਤੇਰੀ ਚੁੰਝ ਨਾਲ ਕੀ ਬਣਨਾ ਜਾਂ ਪੂਰਾ ਪਾਣੀ ਨਾਲ, ਉਹ ਕਹਿੰਦੀ ਬਣੇ ਚਾਹੇ ਨਾ ਬਣੇ, ਮੈਂ ਆਪਦਾ ਆਪਣਾ ਫਰਜ਼ ਨਿਭਾ ਰਹੀ ਹਾਂ, ਉਹ ਅਸੀਂ ਉਸੇ ਤਰ੍ਹਾਂ ਆਪਦਾ ਫਰਜ਼ ਨਿਭਾ ਰਹੇ ਹਾਂ। ਪਰ ਮੈਂ ਇੱਕ ਬੇਨਤੀ ਗੌਰਮੈਂਟ ਨੂੰ ਇਹ ਕਰੂੰਗਾ, ਪੰਜਾਬ ਗੌਰਮੈਂਟ ਜਾਂ ਸੈਂਟਰ ਗੌਰਮੈਂਟ, ਚਲੋ ਸਾਰਾ ਕੁਛ ਸੈਂਟਰ ਗੌਰਮੈਂਟ ਦੇ ਹੱਥ ਹੈ, ਜੇ ਪੰਜਾਬ ਗੌਰਮੈਂਟ ਹਮਲਾ ਬਾਰੇ, ਤਾਂ ਜੇ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਵਿੱਚ ਕੈਂਸਰ ਹੋਸਪਿਟਲ ਹੈ, ਤਾਂ ਕੀ ਹੁਣ ਉਹ ਪੰਜਾਬ 'ਚ ਨਹੀਂ ਬਣ ਸਕਦਾ? ਇੰਨਾ ਬਜਟ ਆ ਗਵਰਨਮੈਂਟ ਕੋਲ। ਹੁਣ ਜੇ ਇੱਕ ਹਸਪਤਾਲ ਦੀ ਪਰਮਿਸ਼ਨ ਦੇ ਕੇ, ਮੈਂ ਇੱਕ ਮੇਰੀ ਸੋਚ ਹੈ ਪੰਜਾਬੀਆਂ ਦੀ ਵੀ, ਗਵਰਨਮੈਂਟ ਕਹਿ ਦੇ ਵੀ ਆਹ ਤੁਹਾਡੀ ਪਰਮਿਸ਼ਨ ਹੈ ਅਤੇ ਆਹ 2 ਏਕੜ ਜ਼ਮੀਨ ਹੈ ਜਾਂ 5 ਏਕੜ ਜਾਂ 10 ਏਕੜ ਵੀ ਤੁਸੀਂ ਬਣਾ ਲਓ ਜੀ, ਮੈਂ ਸ਼ਰਤ ਕਰਦਾ ਵੀ ਪੰਜਾਬੀਆਂ ਨੇ ਰਾਤੋ ਰਾਤ ਉਹਨਾਂ ਨੇ ਹਸਪਤਾਲ ਖੜਾ ਕਰਕੇ ਅਤੇ ਸਾਰਾ ਕੁਛ ਬਣਾ, ਜਿਹੜੇ ਮੇਰੇ ਵਰਗੇ ਉਹ ਭੱਜਿਆ ਹੋਣਗੇ ਡਾਕਟਰ ਵੀ ਹਾਂਜੀ ਅਸੀਂ ਹਾਜ਼ਰ ਹਾਂ। ਉਹ ਗਵਰਨਮੈਂਟ ਨੂੰ ਤਾਂ ਸਿਰਫ ਸ਼ਾਬਾਸ਼ ਲੈਣ ਦੀ ਮੈਨੂੰ ਮੈਂ ਆਦਤ ਨਹੀਂ, ਜੇ ਸੈਂਟਰ ਗੌਰਮੈਂਟ ਇੱਕ ਵਾਰੀ ਕਹਿ ਦੇ ਵੀ ਆਹ ਚੱਕੋ ਜੀ ਸਾਡੇ ਵੱਲੋਂ, ਹਾਂ ਇੰਨੇ ਪੈਸੇ ਆ ਅਤੇ ਆਹ ਤੁਸੀਂ ਮਤਲਬ ਚੱਕੋ ਅਤੇ ਬਣਾਓ, ਜੇ ਪੈਸੇ ਵੀ ਨਾ ਦੇਣ, ਜੇ ਕਹਿਣਗੇ ਚੰਗਾ ਆਇਆ ਕਰੋ ਵੀ ਅੱਧਾ ਅਸੀਂ ਦਿੰਦੇ ਅਤੇ ਅੱਧੇ ਤੁਸੀਂ ਪੰਜਾਬੀ ਇਕੱਠੇ ਕਰ ਲਓ, ਮੈਂ ਕਹਿੰਦਾ ਰਾਤੋਂ ਰਾਤ ਉਹਨਾਂ ਨੇ 1-10 ਹਸਪਤਾਲ ਖੜ੍ਹੇ ਕਰ ਦੇਣਗੇ ਪੰਜਾਬੀ। ਗਵਰਨਮੈਂਟ ਅੱਗੇ ਤਾਂ ਤੁਰੇ ਜੀ, ਹਾਂਜੀ, ਜੇ ਹੁਣ ਝੰਡੀ ਦਿਖਾਉਣਾ ਤਾਂ ਹੀ ਜਹਾਜ਼ ਅੱਗੇ ਨੂੰ ਉੱਡਦਾ ਨਾ ਜੀ ਜੀ। ਹਾਂ, ਉਹ ਗੱਲ ਅਸੀਂ ਤਾਂ ਕਹਿਣ ਦਾ ਭਾਵ ਇਹ ਆ ਵੀ ਚਾਵਲਾ ਸਾਹਿਬ ਪਾਇਲਟ ਬਣੇ ਬੈਠੇ ਜਹਾਜ਼ ਦੇ ਵਿੱਚ ਤੇ ਸਾਡਾ ਸਟਾਫ ਪਿੱਛੇ ਬੋਏ ਨਾਲ ਬੈਠਾ, ਬੈਲਟਾਂ ਲਾਈ ਵੀ ਸਾਨੂੰ ਹੁਕਮ ਕਰੋ ਅਸੀਂ ਫਲਾਈਟ ਵਾਸਤੇ ਤਿਆਰ ਹੈ ਜੀ ਜੀ, ਰਨਵੇ ਤੇ ਖੜੇ ਹੈ ਜੀ। ਉਹ ਗੱਲ ਹੈ ਬਈ, ਗਵਰਨਮੈਂਟ ਨੂੰ ਹੁਣ ਬੇਨਤੀਆਂ ਤਾਂ ਬਹੁਤ ਵਾਰੀ ਚਾਵਲਾ ਸਾਹਿਬ ਵੀ ਕਰ ਚੁੱਕੇ, ਮੈਂ ਕਿਹਾ ਸੀ ਹੁਣ ਚਾਵਲਾ ਸਾਹਿਬ ਨੂੰ ਤੁਸੀਂ ਐਂ ਕਰੋ ਇੱਕ ਚਿੱਠੀ ਲਿਖ ਕੇ ਵੀ ਆਪਣੇ ਜਿਹੜੇ ਸੰਬੰਧਿਤ ਮੰਤਰਾਲਾ ਉਹਨਾਂ ਨੂੰ ਭੇਜੋ ਵੀ ਘੱਟੋ ਘੱਟ ਜੇ ਇੰਨਾ ਪੰਜਾਬ ਇੰਨਾ ਅਨਾਜ ਦੇ ਰਿਹਾ ਹੈ, ਅੰਨ ਦਾਤਾ ਕਹੀ ਜਾਂਦੇ ਹੋ ਅਤੇ ਅੰਨਦਾਤੇ ਖੁਦਕੁਸ਼ੀਆਂ ਕਰੀ ਜਾਂਦੇ, ਇਹਨਾਂ ਬਾਰੇ ਵੀ ਕੁਛ ਸੋਚ ਲਓ। ਠੀਕ ਹੈ, ਜੇ ਉੱਥੇ ਰਿਹਾ ਹੀ ਕੋਈ ਨਾ ਤੁਸੀਂ ਕਿਹਦੀ ਖਾਤਰਾ, ਮੇਰਾ ਮਿੱਤਰ ਆ ਸਿੰਗਰ, ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਪੰਜਾਬ ਬਾਰੇ ਵੀ ਕੁਛ ਸੋਚ ਲਓ
ਜੇ ਪੰਜਾਬ ਮਰ ਗਿਆ ਤੁਸੀਂ ਪੰਜਾਬੀ ਗਾਣੇ ਸੁਣਾਓਗੇ ਕਿਹਨੂੰ? ਰਾਈਟਰਾਂ ਨੂੰ ਵੀ ਕਿਹਾ ਸੀ ਵੀ ਜੇ ਤੁਸੀਂ ਮਤਲਬ ਤੁਹਾਡਾ ਪੰਜਾਬ ਨਾ ਰਿਹਾ ਕਿਤਾਬਾਂ ਕਿਹਨੂੰ ਆਪਣਾ ਪੜ੍ਹਾਓਗੇ? ਜਿਹਦੇ ਮੂੰਹ ਤੋਂ ਮੱਖੀ ਜਰੇ ਦੇ ਉੱਡਦੀ ਨਹੀਂ ਪਏ ਦੇ, ਉਹ ਹੱਥ ਹੀ ਨਹੀਂ ਹਿਲਦਾ ਉਹਦਾ, ਉਹਦੇ ਹੱਥ 'ਚ ਕਿਤਾਬ ਦੇ ਕੇ ਤੁਸੀਂ ਕੀ ਕਰੋਗੇ? ਪਹਿਲਾਂ ਉਹਨੂੰ ਕਾਇਮ ਤਾਂ ਕਰ ਲਓ ਪਹਿਲਾਂ ਇਹਨੂੰ, ਕਿਉਂਕਿ ਸਭ ਤੋਂ ਪਹਿਲਾਂ ਜੇ ਜਿੰਨੇ ਵੀ ਬੁੱਧੀਜੀਵੀ ਜਾਂ ਜਿਹੜੇ ਚੰਗੇ ਚੰਗੇ ਫਿਲੋਸਫਰ ਹੋਏ ਆ, ਇਹਨਾਂ ਨੇ ਉਹੀ ਗੱਲ ਕਹੀ ਹੈ ਵੀ ਦੇਸ਼ ਉਹੀ ਖੁਸ਼ਹਾਲ ਹੋ ਸਕਦਾ ਜਿਹਦੀ ਜਨਸੰਖਿਆ ਅਰੋਗ ਹੈ, ਬਿਲਕੁਲ ਸਿਹਤਮੰਦ ਲੋਕ, ਸਿਹਤਮੰਦ, ਹਾਂ ਸਿਹਤਮੰਦ ਬੰਦੇ ਦੇ ਵਿੱਚ ਹੀ ਇੱਕ ਸਿਹਤਮੰਦ ਦਿਲ ਹੋਊਗਾ ਤੇ ਸਿਹਤਮੰਦ ਦਿਮਾਗ ਹੋਊਗਾ, ਤੇ ਜਿਹਦਾ ਦਿਲ ਹੀ ਨਹੀਂ ਕੰਮ ਕਰ ਰਿਹਾ ਉਹ ਦਿਮਾਗ ਕੀ ਕੰਮ ਕਰੂਗਾ? ਸਹੀ ਗੱਲ ਹੈ। ਔਰ ਪੰਜਾਬ ਇਹੋ ਜਿਹੇ ਘਾਤਕ ਮੋੜ ਤੇ ਖੜਾ ਆ, ਸਾਡੇ ਦਰਸ਼ਕ ਵੀ ਜਾਣਦੇ ਨੇ, ਸਰੋਤੇ ਵੀ ਜਾਣਦੇ ਨੇ ਕਿ ਇਹੋ ਜਿਹੇ ਘਾਤਕ ਮੋੜ ਤੇ ਖੜਾ ਹੈ ਜਿੱਥੇ ਦਿਲ ਦਿਮਾਗ ਲੱਗਦਾ ਸੁੰਨ ਹੋ ਗਿਆ। ਬਿਲਕੁਲ। ਔਰ ਇਸ ਸੁੰਨ ਹੋਏ ਦਿਲ ਦਿਮਾਗ ਨੂੰ ਮੁੜ ਕੇ ਜਿਹੜਾ ਆਪਣੀਆਂ ਲੀਹਾਂ ਤੇ ਲਿਆਉਣ ਲਈ ਜਿਹੜਾ ਯਤਨ ਤੁਸੀਂ ਆਰੰਭਿਆ ਹੈ ਆਪਣੀ ਸੰਸਥਾ ਦੇ ਨਾਲ ਜੁੜ ਕੇ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਔਰ ਤੁਹਾਡੇ ਯਤਨ ਜ਼ਰੂਰ ਰੰਗ ਲਿਆਉਣਗੇ। ਤੁਹਾਡਾ ਸਟੂਡੀਓ ਵਿੱਚ ਆਉਣ ਦਾ, ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।